ਵਿਜਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ। ਲਓ ਜੀ ਮਾਨਸੂਨ ਆ ਗਿਆ ਤੇ ਦੇਸ਼ ਭਰ ਦੇ ਵਿੱਚ ਕਿਤੇ ਘਟ ਮੀਂਹ ਕਿਤੇ ਤੇ ਬੱਦਮੀ ਪੈ ਰਿਹਾ। ਕਿਹਾਤਾ ਹੈ ਜਾ ਰਿਹਾ ਕਿ ਇਸ ਵਾਰ ਮਾਨਸੂਨ ਬਹੁਤ ਘਟ ਹੈ। ਪਹਿਲਾਂ ਦੇ ਮੁਕਾਬਲੇ ਮੀਂਹ ਇਸ ਵਾਰ ਬਹੁਤ ਘੱਟ ਨੇ। ਪਰ ਫਿਰ ਵੀ ਜਦੋਂ ਮੜਾ ਜਾਵੇ ਮੀਂਹ ਪੈਂਦਾ ਤਾਂ ਕਿਤਨਾ ਕਿਤੇ ਪਾਣੀ ਭਰ ਜਾਂਦਾ ਤੇ ਗਲੀਆਂ ਘਰਾਂ ਦੇ ਅੰਦਰ ਪਾਣੀ ਵੜਨ ਲੱਗਦਾ। ਮੀਂਹ ਮੀਂਹ ਪਾਣੀ ਉਹ ਤਾਕਤ ਰੱਖਦੇ ਨੇ ਜੋ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਬਦਲ ਸਕਦੇ ਨੇ। ਪਾਣੀ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਕਿਸੇ ਵੀ ਚੀਜ਼ ਨੂੰ ਹੜਾ ਕੇ ਨਾਲ ਲੈ ਜਾਂਦੀ ਹੈ ਮੈਨੂੰ ਲੱਗਦਾ ਅੱਜਕੱਲ ਬੀਜੇਪੀ ਨੂੰ ਵੀ ਇਹੋ ਲੱਗਦਾ ਕਿ ਸਾਡੇ ਕੋਲ ਇਹ ਜੀ ਸ਼ਕਤੀ ਹੈ ਕਿ ਅਸੀਂ ਜੋ ਚਾਹੀਏ ਉਹ ਹੜਾ ਲਈਏ ਜਿਹੜੇ ਸੂਬੇ ਦੀ ਸਰਕਾਰ ਚਾਹੀਏ ਉਹਨੂੰ ਰੋੜ ਕੇ ਲੈ ਜਾਈਏ ਇਹੋ ਜਿਹੇ ਚਾਂਸ ਉਹਨਾਂ ਦੇ ਗੋਆ ਵਿੱਚ ਵੀ ਨਜ਼ਰ ਆ ਰਹੇ ਨੇ ਤੇ ਕਰਨਾਟਕਾ ਵਿੱਚ ਵੀ ਗੋਆ ਵਿੱਚ ਵੀ ਕੁਝ ਵਿਧਾਇਕ ਮਿਤਸ਼ਾ ਦੇ ਘਰ ਜਾ ਕੇ ਸਲਾਮ ਠੋਕਿਆ ਕਿ ਅਸੀਂ ਆ ਗਏ ਜੀ ਤੁਹਾਡੇ ਵਿੱਚ ਸਾਨੂੰ ਸ਼ਾਮਿਲ ਕਰੋ ਤੇ ਉੱਥੇ ਹਲਚਲ ਹੋਣੀ ਸ਼ੁਰੂ ਹੋ ਗਈਾ ਕਰਨਾਟਕ ਲੰਬੇ ਦਿਨਾਂ ਤੋਂ ਡਰਾਮਾ ਚੱਲ ਰਿਹਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੁੰਬਈ ਤੋਂ ਫਿਰ ਬੈਂਗਲੌਰੂ ਆਉਂਦੇ ਨੇ ਆਪਣਾ ਬਿਆਨ ਦਰਜ ਕਰਾਉਂਦੇ ਨੇ ਤੇ ਫਿਰ ਬਾਗੀ ਵਿਧਾਇਕ ਮੁੰਬਈ ਵਾਪਸ ਮੁੜ ਜਾਂਦੇ ਨੇ ਬਿਲਕੁਲ ਜੀ ਇਹ ਸਭ ਦੇ ਵਿੱਚ ਕੋਰਟ ਨੂੰ ਹਦਾਇਤ ਕਰਨੀ ਪੈਂਦੀ ਹੈ ਕਿ ਫੈਸਲਾ ਲਾਓ ਉਹਨਾਂ ਨੂੰ ਸਪੀਕਰ ਸਾਹਿਬ ਨੂੰ ਕਹਿਣਾ ਪੈਂਦਾ ਹੈ ਕਿ ਨਹੀਂ ਤੁਸੀਂ ਜੇਕਰ ਬਾਗੀ ਵਿਧਾਇਕਾਂ ਨੇ ਕਿਸੇ ਨੇ ਅਸਤੀਫਾ ਦਿੱਤਾ ਤਾਂ ਅਸਤੀਫਾ ਸਵੀਕਾਰ ਕਰੋ ਜੇਕਰ ਸਵੀਕਾਰ ਨਹੀਂ ਕਰੋਗੇ ਤਾਂ ਫਿਰ ਅਸੀਂ ਕਾਰਵਾਈ ਕਰਾਂਗੇ ਉਸੇ ਕੋਰਟ ਨੂੰ ਸਪੀਕਰ ਚੈਲੰਜ ਕਰਦਾ ਕਿ ਤੁਸੀਂ ਮੈਨੂੰ ਹੁਕਮ ਨਹੀਂ ਦੇ ਸਕਦੇ ਇਹ ਮੇਰੇ ਅਧਿਕਾਰ ਖੇਤਰ ਦਾ ਮਸਲਾ ਹੈ ਕਰਨਾਟਕਾ ਦੇ ਮਸਲੇ ਨੂੰ ਜੋੜ ਕੇ ਪੰਜਾਬ ਨਾਲ ਵੇਖਾਂਗੇ ਕਿਉਂਕਿ ਚਰਚਾ ਪੰਜਾਬ 'ਚ ਵੀ ਖਾਸੀ ਅਜਿਹੀ ਚੱਲਦੀ ਹੈ ਪਰ ਪੰਜਾਬ ਦੇ ਵਿੱਚ ਖਰੀਦੋ-ਫਰੋਖਤ ਵਾਲੀ ਨਹੀਂ ਛੱਡ-ਛੜਾਈ ਵਾਲੀ ਹੈ ਤੇ ਇਸ ਵਿਸ਼ੇ ਤੇ ਮਾਹਰ ਮਹਿਮਾਨ ਸਾਡੇ ਨਾਲ ਨੇ ਜੈ ਸਿੰਘ ਛੱਬਰ ਜੀ ਛੱਬਰ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਕਰਨਾਟਕਾ ਦੇ ਵਿੱਚ ਜੋ ਕੁਝ ਚੱਲ ਰਿਹਾ ਜਾਂ ਗੋਆ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਭਾਜਪਾ ਦੀ ਇਹ ਕਿਹੋ ਜਿਹੀ ਸਿਆਸਤ ਹੈ ਕਿ ਐਮਐਲਏ ਖਰੀਦ ਲਓ ਤੇ ਸਰਕਾਰ ਵੇਡ ਲਓ ਫਿਰ ਕਹੋ ਕਿ ਨਹੀਂ ਅਸਤਾ ਕੁਝ ਨਹੀਂ ਕਰ ਰਹੇ ਦਿਪਕ ਜੀ ਸਭ ਤੋਂ ਪਹਿਲਾਂ ਮੈਂ ਇਹਨੂੰ ਕਾਨੂੰਨੀ ਪੱਖ ਦੀ ਜਾਂ ਰਾਜਨੀਤਿਕ ਪੱਖ ਨਾਲੋਂ ਹੂੰ ਜੇ ਮੈਂ ਸਮਾਜਿਕ ਪੱਖ ਤੋਂ ਦੇਖਾਂ ਬਿਲਕੁਲ ਬਿਲਕੁਲ ਤਾ ਤੁਹਾਡੀਆਂ ਨੈਤਿਕ ਕਦਰਾਂ ਕੀਤਾਂ ਮੋਰਲ ਵੈਲਿਊ ਆ ਜਿਹੜੀਆਂ ਤੁਸੀਂ ਇੱਕ ਸ਼ੀਸ਼ਾ ਇੱਕ ਅਕਸ਼ ਜਿਹੜਾ ਸਮਾਜ ਨੂੰ ਲੋਕਾਂ ਨੂੰ ਨੌਜਵਾਨਾਂ ਨੂੰ ਤੁਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ ਦਿਖਾਣਾ ਹੈ ਤੁਸੀਂ ਵੀ ਕੀ ਆ ਹੁੰਦੀਆਂ ਕਦਰਾਂ ਕੀਤਾਂ ਹੈ ਨਾ ਸੱਚ ਪਰ ਤੁਸੀਂ ਪਹਿਰਾ ਦੇਣਾ ਹੈ ਤੁਸੀਂ ਉਹਾਂ ਗ੍ਰਾਵਟਾ ਚੋਂ ਗਿਰ ਰਹੇ ਆ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦੀ بجائے ਤੁਸੀਂ ਇੱਕ ਤਾਰ ਤੁਸੀਂ ਪੈਸਾ ਲਾਲਸਾ ਦਿਖ ਰਿਹਾ ਅਹੁਦਿਆਂ ਦੀ ਲਾਲਸਾ ਪੈਸੇ ਦੀ ਲਾਲਸਾ ਬਿਲਕੁਲ ਕਰਕੇ ਲਾਲਚ ਕਰਕੇ ਪੈਸੇ ਕਰਕੇ ਤੁਹਾਨੂੰ ਦੌਲਤ ਸ਼ੋਹਰਤ ਜਾਂ ਅਹੁਦੇ ਸੱਤਾ ਦੀ ਸ਼ਕਤੀ ਕਰਕੇ ਤੁਸੀਂ ਦਲ ਬਦਲੂ ਕਰ ਰਹੇ ਆ ਇੱਕ ਪਾਰਟੀ ਨੇ ਤੁਹਾਨੂੰ ਵਿਧਾਇਕ ਬਣਾਇਆ ਟਿਕਟ ਦਿੱਤੀ ਵਿਧਾਇਕ ਬਣਾਇਆ ਜਿਤਾਇਆ ਤੁਸੀਂ ਉਸੇ ਪਾਰਟੀ ਦੇ ਨਾਲ ਧੋਖਾ ਕਰ ਰਹੇ ਆ ਤੇ ਤੁਸੀਂ ਉਹਨਾਂ ਲੋਕਾਂ ਨਾਲ ਧੋਖਾ ਕਰ ਰਹੇ ਆ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਆ ਤਾ ਜਿਹੜੇ ਵੋਟਰ ਆ ਸਟੇਟ ਦੇ ਵੋਟਰ ਆ ਉਹ ਦੂਜੀ ਪਾਰਟੀ ਨੂੰ ਨਕਾਰਦੇ ਆ ਤੁਹਾਨੂੰ ਤੁਹਾਨੂੰ ਇਸ ਲਈ ਜੁਹਦਾ ਕਿ ਤੁਸੀਂ ਉਸ ਫਲਾਣੀ ਪਾਰਟੀ ਨਾਲ ਹਾਂ ਤੁਸੀਂ ਫਿਰ ਉਸ ਪਾਰਟੀ 'ਚ ਜਾ ਰਿਹਾ ਜਿਹੜੀ ਪਾਰਟੀ ਜਿਹੜੀ ਪਾਰਟੀ ਲੋਕਾਂ ਨੇ ਨਕਾਰਦੀ ਬਿਲਕੁਲ ਬਹੁਤ ਬਹੁਤ ਵਧੀਆ ਇਸ਼ੂ ਚੁੱਕਿਆ ਇਸ ਕਰਕੇ ਪਹਿਲੀ ਗੱਲ ਤਾਂ ਮੋਰਲ ਵੈਲਿਊ ਦੇ ਆਪਾਂ ਦੇ ਦੇਖੀਏ ਕਿ ਕਿਤਨਾ ਕੀਮਤਾਂ ਦੇ ਉਹ ਸਮਾਜਿਕ ਤੌਰ ਤੇ ਜਿਹੜੇ ਇਹ ਜੇ ਸਿਆਸੀ ਲੋਕ ਨੇ ਬਹੁਤ ਗਲਤ ਕਰ ਗਲਤ ਕਰ ਰਹੇ ਨੇ ਦੂਜੀ ਗੱਲ ਆ ਕਿ ਜਿਹੜੀ ਤੁਸੀਂ ਬੀਜੇਪੀ ਦੀ ਗੱਲ ਕੀਤੀ ਆ ਹੁਣ ਤੱਕ ਲੰਬਾ ਸਮਾਂ ਦੇਸ਼ ਦੇ ਵਿੱਚ ਕਾਂਗਰਸ ਨੇ ਰਾਜ ਕੀਤਾ ਬਿਲਕੁਲ ਬਾਕੀ ਜਿਹੜੀਆਂ ਧਿਰਾਂ ਜਾਂ ਹਮ ਫਰੰਟ ਬਣੇ ਆ ਜਾਂ ਉਹਨਾਂ ਨੂੰ ਘੱਟ ਮੌਕਾ ਘੱਟ ਮੌਕਾ ਮਿਲਿਆ ਤੇ ਜਿਹੜਾ ਬੀਜੇਪੀ ਅਕਸਰ ਇਹ ਕਹਿੰਦੀ ਰਹੀ ਆ ਵੀ ਜਿਹੜੀ ਕਾਂਗਰਸ ਨੇ ਮਤਲਬ ਰਾਜਪਾਲ ਰਾਹੀਂ ਜਾਂ ਕਿਵੇਂ ਨਾ ਕਿਵੇਂ ਜਿੱਥੇ ਉਹਨਾਂ ਦੀਆਂ ਸਰਕਾਰਾਂ ਤੇ ਜਾਂ ਘਟ ਜਿਹੜੇ ਦੋਸ਼ ਹੁਣ ਤੱਕ ਕਾਂਗਰਸ ਤੇ ਲਾਉਂਦੀ ਰਹੀ ਉਹੀ ਰਾ ਹੁਣ ਆਪ ਆਪਣਾ ਹਾਂ ਵੀ ਇਹ ਸਰਕਾਰਾਂ ਗੇਰਿਆ ਖਾਲ ਕਰਕੇ ਅਕਾਲੀ ਦਲ ਪੰਜਾਬ ਦੇ ਵਿੱਚ ਕਾਂਗਰਸ ਨੇ ਦੋ ਤਿੰਨ ਵਾਰੀ ਹਾਂ ਕੱਲ ਹੀ ਕਦੇ ਪੂਰੇ ਨਹੀਂ ਬਣ ਸਰਕਾਰ ਕਾਰਜਕਾਲ ਚਲਾ ਸਕਿਆ ਚਲਾ ਸਕਿਆ ਨਾ ਦੋ ਦੋ ਜਾਂ ਤਿੰਨ ਵਾਰੀਆਂ ਨੇ ਇਹ ਸਰਕਾਰ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਜਿੰਦਗੀ ਸੀਗੇ ਇਹ ਦੋਸ਼ ਲੱਗਦੇ ਰਹੇ ਪਰ ਉਹੀ ਵਰਤਾਰਾ ਮਤਲਬ ਹੁਣ ਸੈਂਟਰ ਦੇ ਵਿੱਚ ਜਾ ਕੇ ਉਹ ਕਰੇ ਜਾਂ ਕਿਉਂਕਿ ਮੈਨੂੰ ਲੱਗਦਾ ਵੀ ਜਿਵੇਂ ਮੋਦੀ ਜੀ ਉਹਨਾਂ ਨੇ ਬੀਜੇਪੀ ਨੇ ਅਮਿਤ ਸ਼ਾਹ ਨੇ ਕਿਹਾ ਹੋਇਆ ਹੈ ਵੀ ਪੂਰੇ ਦੇਸ਼ ਦੇ ਵਿੱਚ ਅਸੀਂ ਕਾਂਗਰਸ ਦਾ ਸਫਾਇਆ ਕਰਨਾ ਹੈ ਕਾਂਗਰਸ ਮੁਕਤ ਭਾਰਤ ਦੇ ਵਿੱਚ ਕਾਂਗਰਸ ਮੁਕਤ ਭਾਰਤ ਅਸੀਂ ਮੁਕਤ ਭਾਰਤ ਕਰਨਾ ਹੈ ਤੇ ਪੂਰੇ ਦੇਸ਼ ਦੇ ਵਿੱਚ ਅਸੀਂ ਇੱਕ ਵਾਰੀ ਮੋਦੀ ਜੀ ਦੀ ਸੌਰੀ ਬੀਜੇਪੀ ਦੀ ਸਰਕਾਰ ਬਣਾਉਣੀ ਹੈ ਕਮਲ ਮਤਲਬ ਕਮਲ ਖਲਾਉਣਾ ਪੂਰੇ ਦੇਸ਼ ਦੇ ਵਿੱਚ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਉਸ ਦਿਸ਼ਾ ਵੱਲ ਨੂੰ ਇਹ ਵਧਦੇ ਜਾ ਰਹੇ ਨੇ ਇਸ ਕਰਕੇ ਇਹ ਚਲੋ ਸੱਤਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਦੋਂ ਕਿਵੇਂ ਜਿੱਤਣਾ ਇਹ ਇਹ ਜਿਹੜਾ ਵਰਤਾਰਾ ਹੂੰ ਇਹ ਗਲਤ ਆ ਜੀ ਕਿਉਂਕਿ ਕੱਲ ਨੂੰ ਕਿਸੇ ਹੋਰ ਪਾਰਟੀ ਦੀ ਸਰਕਾਰ ਆਉਂਗੀ ਫਿਰ ਉਹ ਹੋਵੇਗੀ ਇਹ ਮਤਲਬ ਨਵੀਆਂ ਪਿਰਤਾਂ ਪਾ ਨਵੀਆਂ ਔਰ ਹਲਕੀਆਂ ਔਰ ਘਟੀਆਂ ਪਰਤਾਂ ਨੇ ਘਟੀਆਂ ਪਰਤਾਂ ਨਹੀਂ ਪਾਉਣੇ ਚਾਹੀਦੀਆਂ ਲੋਕਾਂ ਦੀ ਜਣ ਕੇ ਜਿਹੜੀ ਚੁਣੀ ਹੋਈ ਸਰਕਾਰ ਆ ਲੋਕਾਂ ਨੇ ਜਿਹਨਾਂ ਨੂੰ ਫਤਵਾ ਦਿੱਤਾ ਉਸ ਫਤਵੇ ਨੂੰ ਮੰਨਣਾ ਚਾਹੀਦਾ ਹੈ ਅਜਿਹੀਆਂ ਜਿਹੜੀਆਂ ਗਤੀਵਿਧੀਆਂ ਇਹ ਮਤਲਬ ਸਮਾਜ ਦੇ ਲੋਕਾਂ ਨੂੰ ਉਕਸਾਉਂਦੀਆਂ ਨੇ ਵੀ ਤੁਸੀਂ ਗਲਤ ਕੰਮ ਕਰੋ ਤੁਸੀਂ ਜਿਹੜੀਆਂ ਸਰਕਾਰਾਂ ਹੁੰਦੀਆਂ ਆਗੂ ਹੁੰਦੇ ਨੇ ਇਹ ਲੋਕਾਂ ਦੇ ਮਾਰਗਦਰਸ਼ਕ ਹੁੰਦੇ ਨੇ ਲੋਕਾਂ ਨੇ ਇਹਨਾਂ ਨੂੰ ਦੇਖ ਕੇ ਇਹਦੇ ਪਿੱਛੇ ਨਾ ਬਰ ਚੱਲਣਾ ਹੁੰਦਾ ਅਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ ਜਿੱਥੇ ਅਗਲੀ ਗੱਲ ਹੈ ਕਿ ਕੋਟ ਦੀ ਜੀ ਜੀ ਕੋਰਟ ਨੂੰ ਲੈ ਕੇ ਅਕਸਰ ਮਤਲਬ ਜਿਹੜੀਆਂ ਚਾਹੇ ਹਾਈ ਕੋਰਟ ਚਾਹੇ ਸੁਪਰੀਮ ਕੋਰਟ ਚਾਹੇ ਲੋਰ ਕੋਰਟ ਲੋਰ ਕੋਰਟ ਤਾਂ ਚੱਲ ਇਸ ਮਾਮਲੇ ਚ ਦਖਲ ਨਹੀਂ ਦਿੰਦੀ ਹਾਈ ਕੋਰਟ ਅ ਸੁਪਰੀਮ ਕੋਰਟ ਜਿਹੜਾ ਉੱਥੇ ਅਕਸਰ ਇਹਨਾਂ ਦੇ ਵਿੱਚ ਜਿਹੜਾ ਮਾਮਲ ਸੁਭਾਵਾਂ ਦੇ ਚਾਹੇ ਸੁਪਰੀਮ ਕੋਰਟ ਦੇ ਚੇ ਪੇਚੀ ਦਾ ਮਾਮਲਾ ਫਸਦਾ ਹੈ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਕੋਈ ਫੈਸਲਾ ਲਿਆ ਜਾਂਦਾ ਤਾਂ ਉੱਥੇ ਵੀ ਇਹ ਗੱਲ ਕਹਿੰਦੇ ਆ ਵੀ ਅਦਾਲਤ ਨੂੰ ਸਾਡਾ ਫੈਸਲਾ ਬਦਲਣ ਦਾ ਅਧਿਕਾਰ ਨਹੀਂ ਹੈ ਐਦਾਂ ਜਿਹੜੇ ਜਿਹੜੇ ਸਟੇਟ ਦੇ ਵਿੱਚ ਇਹ ਮਸਲਾ ਉੱਠਦਾ ਹੁਣ ਉਹ ਵੀ ਉਹ ਕਹਿੰਦੀ ਆ ਕਿ ਸਾਡੀ ਹਾਈ ਕੋਰਟ ਨੂੰ ਬਦਲਣ ਦਾ ਅਧਿਕਾਰ ਨਹੀਂ ਸਾਡਾ ਕੋਈ ਇਹਦੇ ਵਿੱਚ ਹੈ ਨਹੀਂ। ਉਹੀ ਗੱਲ ਜਾਨੀ ਕਿ ਪਿਛਲੇ ਸਮਾਂ ਦੇ ਵਿੱਚ ਕਈ ਹਰਿਆਣੇ ਦੀਆਂ ਵੀ ਹੋਈਆਂ ਪੰਜਾਬ ਦੀਆਂ ਵੀ ਹੋਈਆਂ ਹੋਰ ਸੱਚ ਜਿਹੜੇ ਰਾਜ ਨੇ ਉਹਨਾਂ ਵਿੱਚ ਵੀ ਕਈਆਂ ਚਾਹੇ ਭਰਤੀ ਦਾ ਮਾਮਲਾ ਹੋ ਗਿਆ ਚਾਹੇ ਉਸ ਅੰਦਰ ਹੂੰ ਬਿਧਾਨ ਸਭਾਵਾਂ ਦੇ ਅੰਦਰ ਬਿਧਾਇਕਾਂ ਦੇ ਵਿੱਚ ਖਿੱਚਤੂ ਹੋਈ ਇੱਕ ਦੂਜੇ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂ ਕਟਿਆ ਕਟਿਆ ਬੰਦਣੀ ਨਿੰਦਨਯੋਗ ਸ਼ਬਦਾਵਲੀ ਵਰਤੀ ਜਾਂਦੀ ਹੈ ਸ਼ੁਦਾਵਲੀ ਵਰਤੀ ਜਾਂ ਤਾਂ ਉਹਨਾਂ ਪਰ ਬਾਹਰ ਜੱਕੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਵਿਧਾਨ ਸਭਾ ਦੇ ਅੰਦਰ ਜਿਹੜੀ ਹੈਗਾ ਵਿਧਾਨ ਸਭਾ ਦੇ ਅੰਦਰ ਜਿਹੜਾ ਪੂਰਾ ਕੰਟਰੋਲ ਆ ਉਸ ਕਸਟੋਡੀਅਨ ਜਿਹੜੀ ਹੁੰਦੀ ਆ ਉਹ ਸਪੀਕਰ ਦੀ ਹੁੰਦੀ ਆ ਇਸ ਕਰਕੇ ਜਦੋਂ ਅੰਦਰ ਕੋਈ ਲੜਾਈ ਝਗੜੇ ਤੇ ਆਪਾਂ ਦੇਖਿਆ ਲੋਕ ਸਭਾ ਚ ਵੀ ਬਿਲਕੁਲ 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 ਮੈਂ ਇੱਕ ਤੱਕ ਤੋੜੇ ਜਾਂਦੇ ਹਾਂ ਹਾਂ ਇੱਕ ਨੂੰ ਸਿੱਟੇ ਜਾਂਦੇ ਉੱਪਰ ਹਾਂ ਬਿਲਕੁਲ ਕੁਰਸੀਆਂ ਤੱਕ ਹਾਂ ਇੱਕ ਨੂੰ ਸਿੱਟੇ ਜਾਂਦੀਆਂ ਹਾਂ ਤਾਂ ਜਿਹੜੀ ਬਾਹਰ ਪੁਲਿਸ ਆ ਉਹ ਦੇਖਦੀ ਰਹਿੰਦੀ ਹੈ ਉਹ ਕੋਈ ਕਾਰਵਾਈ ਨਹੀਂ ਕਰ ਸਕਦੀ ਇਸ ਕਰਕੇ ਕਿਤਨੇ ਕਿਤੇ ਕਾਨੂੰਨ ਦੇ ਵਿੱਚ ਜਿਹੜੀਆਂ ਪੇਚੀ ਗਿੱਦੀਆਂ ਇਦਾਂ ਦੀਆਂ ਹੈਗੀਆਂ ਨੇ ਇਦਾਂ ਦੇ ਮਤਲਬ ਕਾਨੂੰਨ ਢਿੱਲਾ ਆਪਾਂ ਕਹਿਆ ਜਾਂਦਾ ਵੀ ਇਹਦਾ ਭਾਰਤ ਦਾ ਕਾਨੂੰਨ ਸਖਤ ਵੀ ਹੈ ਤੇ ਉਹ ਉਹਦੇ ਵੀ ਗਜਾਇਸ਼ ਹੈਗੀ ਆਰਦਾ ਚੌਰ ਮੋਰੀਆਂ ਹੈਗੀਆਂ ਕੋਨੇ ਛੱਡੇ ਹੋਏ ਆ ਅੱਡੇ ਵੀ ਕਿਤਨਾ ਕਿਤੇ ਜਾ ਕੇ ਕੋਈ ਨਾ ਕੋਈ ਹਿੱਤ ਆ ਜਿਹੜਾ ਦੂਜੇ ਨਾਲ ਦੂਜੇ ਨਾਲ ਟਕਰਾਉਦਾ ਕਿਤੇ ਕੋਈ ਭਾਰੂ ਕਿਤੇ ਕੋਈ ਭਾਰੂ ਇਸ ਕਰਕੇ ਸਖਤ ਕਾਨੂੰਨ ਨਾ ਹੋਣ ਕਰਕੇ ਹੀ ਜਿਹੜੇ ਨੀਚੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਉਹ ਚੱਲ ਰਿਹਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਈਆਂ ਹੋਈਆਂ ਬਰੀਕ ਬਰੀਕ ਗਲੀਆਂ ਹੋਈਆਂ ਇਸੇ ਕਰਕੇ ਜਿਹੜੇ ਅਲਸਾ ਦੋਸ਼ੀ ਹੁੰਦੇ ਆ ਜਾਂ ਜਿਨ੍ਹਾਂ ਨੇ ਵੱਡੇ ਵੱਡੇ ਸਕੈਮ ਕੀਤੇ ਹੁੰਦੇ ਆ ਕਿਤੇ ਨਾ ਕਿਤੇ ਕਾਨੂੰਨ ਦਾ ਸਹਾਰਾ ਲੈ ਕੇ ਬਚਦੇ ਰਹਿੰਦੇ ਸ਼ਿਬਰਜੀਤ ਮੈਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਦੋਂ ਇਹ ਕਾਨੂੰਨ ਆਇਆ ਸੀਗਾ ਕਿ ਦਲ ਬਦਲੂ ਕਾਨੂੰਨ ਕਿਹਾ ਜੇਕਰ ਤੁਸੀਂ ਆਪਣੀ ਪਾਰਟੀ ਛੱਡ ਕੇ ਦੂਏ ਦਲ 'ਚ ਜਾਂਦੇ ਹੋ ਤਾਂ ਤੁਹਾਡੀ ਮੈਂਬਰਸ਼ਿਪ ਖਤਮ ਚਾਹੇ ਉਹ ਵਿਧਾਨ ਸਭਾ ਦੀ ਹੋਵੇ ਚਾਹੇ ਉਹ ਲੋਕ ਸਭਾ ਦੀ ਹੋਵੇ ਉਸ ਸਮੇਂ ਲੱਗਾ ਸੀ ਕਿ ਚੰਗਾ ਫੈਸਲਾ ਆਇਆ ਕਿ ਹੁਣ ਘਟੋ ਘਟ ਦਲ ਬਦਲੀਆਂ ਰੁਕਣਗੀਆਂ ਪਰ ਉਸ ਤੋਂ ਬਾਅਦ ਤਾਂ ਉਲਟਾ ਹੋ ਗਿਆ ਹੁਣ ਹੁਣ ਮਤਲਬ ਕਿ ਬੰਦਾ ਇਹ ਵੀ ਰਿਸਕ ਲੈਂਦਾ ਕਿ ਹਾਂ ਮੈਂ ਸੱਤਾ ਨਾਲ ਜਾਣਾ ਮੈਂ ਆਪਣੀ ਐਮਐਲਏ ਸੀਪ ਛੱਡਾਂ ਮੈਂ ਆਪਣੀ ਲੋਕ ਸਭਾ ਦੀ ਸੀਟ ਛੱਡਾਂ ਦੁਬਾਰਾ ਚੋਣ ਲੜ ਲਾਂਗਾ ਇਹ ਪੰਜਾਬ ਦੇ ਵਿੱਚ ਵੀ ਆਪਾਂ ਨਜ਼ਾਰੇ ਦੇਖੇ ਨੇ ਕੱਲ ਦੇ ਹਾਲ ਦੇ ਸਮੇਂ ਜਦੋਂ ਜਨਵਰੀ ਉਧਰ ਰਲਦੇ ਨੇ ਹਨਾ ਤੇ ਉਸ ਤੋਂ ਬਾਅਦ ਹੁਣ ਵੀ ਆਪਾਂ ਨਜ਼ਾਰੇ ਦੇਖ ਰਹੇ ਹਾਂ ਮੈਂ ਪੰਜਾਬ ਨੂੰ ਫੇਰ ਮੁੜਦਾ ਮੈਂ ਫੇਰ ਹਲੇ ਕਰਨਾਟਕ ਤੇ ਆਉਣਾ ਚਾਹੁੰਨਾ ਕਿ ਕਰਨਾਟਕਾ ਦੇ ਵਿੱਚ ਹੁਣ ਇਕੱਠੇ ਐਮਐਲਏ ਨੇ ਅਸਤੀਫੇ ਦਿੱਤੇ ਨੇ ਬਾਗੀ ਹੋਏ ਨੇ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਬੀਜੇਪੀ ਨਾਲ ਹੀ ਜਾਣਾ ਹੈ ਬੀਜੇਪੀ ਉਹਨਾਂ ਨੂੰ ਦੁਬਾਰਾ ਚੋਣ ਲੜਾਏਗੀ ਦੁਬਾਰਾ ਆਪਣੀ ਜੋ ਉਸ ਗਿਣਤੀ ਦੇ ਸਾਬ ਨਾਲ ਜੇਕਰ ਫਲੋਰ ਤੇ ਉੱਪਰ ਗਿਣਤੀ ਹੁੰਦੀ ਹੈ ਵਿਧਾਨ ਸਭਾ ਚ VOTING ਹੁੰਦੀ ਹੈ ਤਾਂ VOTING ਹੁਣ BJP ਜਿੱਤ ਰਹੀ ਹੈ BJP ਉੱਥੇ ਵੀ ਸਰਕਾਰ ਬਣਾਉਂਦੀ ਸਥਿਤੀ ਹੈ ਗੋਆ ਚ ਵੀ ਮਤਲਬ ਕਿ ਇਹ ਰਣਨੀਤੀ ਸਿਰਫ ਕਿ ਦੂਏ ਦੇ MLA ਤੋੜ ਲੋ ਇਹ ਕਿੰਨੀ ਕੁ ਉਹ ਸੂਬੇ ਲਈ ਸਹਾਇੀ ਹੁੰਦੀ ਹੈ ਕਿਉਂਕਿ ਸੂਬੇ ਦੇ ਲੋਕਾਂ ਨੇ ਕੰਮ ਲਈ ਚੋਣੇ ਨੇ ਨਾ ਕਿ ਸੱਤਾ ਪਾਰਟੀਆਂ ਬਦਲਣ ਲਈ ਚੋਣੇ ਨੇ ਦਿਵਕ ਜੀ ਇਹ ਗੱਲ ਬਿਲਕੁਲ ਸਹੀ ਹੈ ਜਿਹੜੀ ਤੁਸੀਂ ਕਹਿੰਦੇ ਜਦੋਂ 2018 ਡਿਫੰਕਸ਼ਨ ਲਾ ਬਣਿਆ ਸੀਗਾ ਤਾਂ ਇਹ ਆਮ ਲੋਕਾਂ ਨੂੰ ਜਾਂ ਪਾਰਟੀਆਂ ਨੂੰ ਇਹ ਲੱਗਿਆ ਸੀਗਾ ਵੀ ਜਿਹੜੀਆਂ ਖਰੀਦੋ-ਫਰੋਖਤਾਂ ਹਾਂ ਉਹ ਠਹਿਰਾਵ ਆ ਜਾਊਗਾ ਜੀ ਉਹਨਾਂ ਚ ਠਹਿਰਾਵ ਆ ਜਾਊਗਾ ਦੋ ਮੈਂ ਮੇਜਰ ਕਟਨਾਵਾ ਦਾ ਤੁਹਾਨੂੰ ਬਾਰਗ ਕਰਦਾ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ ਹੂੰ ਉਹਦੇ ਵਿੱਚ ਬਹੁਤ ਵੱਡੇ ਪੱਦਰ ਤੇ ਇਹ ਦੋ ਸਥਿਤੀ ਸੀਗੇ ਵੀ ਸਰਕਾਰ ਖਰੀਦਣ ਵਾਸਤੇ ਉਹਨਾਂ ਨੇ ਮਤਲਬ ਸਰਕਾਰ ਬਚਾਉਣ ਵਾਸਤੇ ਵੱਡੇ ਪੱਦਰ ਤੇ ਉਹਨਾਂ ਨੇ ਜਿਹੜੇ ਮੈਂਬਰੋਂ ਪਾਰਟੀਆਂ ਮਨਮੋਹਨ ਸਿੰਘ ਦੇ ਸਮੇਂ ਵੀ ਹਾਂ ਵੀ ਉਹ ਖਰੀਦੋ-ਫਰੋਖਤ ਕੀਤੀ ਇਦਾਂ ਹੀ ਜਦੋਂ ਪਿਛਲੇ ਉਹਦੇ ਵਿੱਚ ਧਰਮ ਦੇ ਵਿੱਚ ਹੁੱਟਾ ਦੀ ਸਰਕਾਰ ਸੀ ਤਾਂ ਉਹਨਾਂ ਨੇ ਵੀ ਕਈ ਵਿਧਾਇਕਾਂ ਨੂੰ ਮਤਲਬ ਆਪਣੀ ਸਰਕਾਰ ਨਹੀਂ ਮਨਮੋਹਨ ਸਿੰਘ ਸੀ ਜਿਵੇਂ ਅਮਰ ਸਿੰਘ ਉਹਨਾਂ ਦੇ ਲੱਗਿਆ ਕਿ ਉਹਨਾਂ ਨੇ ਸੈਟਿੰਗ ਕਰਾਈ ਸਾਰਾ ਕੁਝ ਉਹ ਉਹ ਦੌਰ ਵੀ ਹਾਂ ਬਿਲਕੁਲ ਇਸ ਕਰਕੇ ਵੀ ਇਹ ਜਿਹੜਾ ਦਲ ਬਦਲੂ ਕਾਨੂੰਨ ਆ ਇਹ ਕਿਤਨਾ ਕਿਤੇ ਸਾਰਥਕ ਹੋਵੇਗਾ ਪਰ ਹੁਣ ਉਹਦਾ ਕਹਿੰਦੇ ਹੁੰਦੇ ਆ ਵੀ ਜਿਹੜਾ ਕਾਨੂੰਨ ਬਣਾਉਂਦਾ ਜਾਂ ਇੱਕ ਪੰਜਾਬੀ ਦੀ ਕਹਾਵਤ ਆ ਹੈ ਤਾਂ ਥੋੜੀ ਜਿਹੀ ਧੰਚਾ ਵੀ ਜਿਹੜਾ ਸੁਥਣ ਸਹੋਂਦਾ ਹੁੰਦਾ ਉਹ ਨਾਲੇ ਲਈ ਥਾਂ ਜਰੂਰ ਰੱਖਦਾ ਤੇ ਇਸ ਕਰਕੇ ਵੀ ਇਹਨਾਂ ਨੇ ਕੋਈ ਨਾ ਕੋਈ ਹੱਲ ਕੱਢ ਕੇ ਰੱਖਿਆ ਜੇਕਰ ਵੀ ਉਹਨਾਂ ਨੇ ਲਾ ਲੈਂਦਾ ਤਾਂ ਇਹਨਾਂ ਨੇ ਉਹਨਾਂ ਨੂੰ ਰਜਾਇਨ ਤੋਂ ਹੇ ਸ਼ੁਰੂ ਕਰ ਦਿੱਤੇ ਕਿਉਂਕਿ ਅੱਜ ਇਹ ਲੱਗ ਰਿਹਾ ਹੈ ਵੀ ਦੇਸ਼ ਦੇ ਵਿੱਚ ਬੀਜੇਪੀ ਦੀ ਲਹਿਰ ਆ ਜਾਂ ਮੋਦੀ ਦੀ ਲਹਿਰ ਆ ਵੀ ਜੋ ਹਾਰ ਮਤਲਬ ਦੁਬਾਰਾ ਉਹਨਾਂ ਨੂੰ ਮਤਲਬ ਜਿਵਨੀ ਚੋਣ ਹੋਵੇਗੀ ਤਾਂ ਕੁਦਰਤੀ ਆਮ ਵਰਤਾਰਾ ਰਿਹਾ ਆਮ ਵਰਤਾਰਾ ਰਿਹਾ ਜਿਵਨੀ ਚੋਣ ਹੁੰਦੀ ਆ ਜਿਹੜੀ ਜਿਹੜੇ ਸੋਬੇ ਦੀ ਸਰਕਾਰ ਹੋਵੇਗੀ ਜਿਹੜੀ ਪਾਰਟੀ ਦੀ ਸਰਕਾਰ ਹੋਵੇਗੀ ਉਸ ਪਾਰਟੀ ਦਾ ਜਿਹੜਾ ਉਮੀਦਵਾਰਾ ਜਿਵਨੀ ਚੋਣ ਜਿੱਤਦਾ ਹੂੰ ਕਿਉਂਕਿ ਉਹਦੇ ਕਈ ਕਾਰਨ ਆ ਕਿਉਂਕਿ ਸਰਕਾਰੀ ਮਸ਼ੀਨਰੀ ਹੁੰਦੀ ਆ ਲੋਕ ਵੀ ਦੇਖਦੇ ਆ ਵੀ 2 2.5 3 ਸਾਲ ਇਹਨਾਂ ਦੇ ਪਏ ਆ ਕੋਈ ਨਾ ਕੋਈ ਲਾਲਚ ਉਹਨਾਂ ਨੂੰ ਹੁੰਦਾ ਹੀ ਤੈਨੂੰ ਇਹ ਬਣਾ ਦਾਂਗੇ ਤੈਨੂੰ ਇਹ ਦੇ ਦਾਂਗੇ ਤੈਨੂੰ ਉਹ ਕਰ ਦਾਂਗੇ ਇਸ ਕਰਕੇ ਫਿਰ ਲੋਕ ਵੀ ਜਿਹੜੇ ਬਹਿਕਾਵੇ ਦੇ ਵਿੱਚ ਜਿਹੜੇ ਵੋਟਰ ਆ ਉੱਥੇ ਆ ਜਾਂਦੇ ਆ ਪਰ ਜੇ ਆਪਾਂ ਓਵਰਆਲ ਦੇਖੀਏ ਇਹ ਬਹੁਤ ਗਲਤ ਵਰਤਾਰਾ ਕਿਉਂਕਿ ਜਦੋਂ ਬਾਰ ਬਾਰ ਜਿਮਨੀ ਚੋਣ ਹੁੰਦੀ ਆ ਤਾਂ ਜਿਹੜਾ ਇਹਦਾ ਬੋਝ ਆ ਬੋਝ ਆ ਖਰਚੇ ਵਾਲਾ ਜਿਹੜਾ ਬੋਝ ਬਿਲਕੁਲ ਬਿਲਕੁਲ ਉਹ ਲੋਕਾਂ ਤੇ ਪੈਂਦਾ ਸਰਕਾਰੀ ਮਸ਼ੀਨਰੀ ਇੱਕ ਤਰ੍ਹਾਂ ਦੀ ਠੱਪ ਹੋ ਕੇ ਰਹਿ ਜਾਂਦੀ ਆ ਕਿਤੇ ਨਾ ਕਿਤੇ ਜਿਹੜੇ ਕਾਰਨਾਂ ਇਹੇ ਜਾ ਕੇ ਫਿਰ ਜਿਹੜੀ ਸੂਬੇ ਨੂੰ ਜਾਂ ਆਪਣਾ ਰਾਸ਼ਟਰ ਨੂੰ ਇਹਦਾ ਘਾਟਾ ਪੈਂਦਾ ਇਹ ਅਜਿਹਾ ਨਹੀਂ ਹੋਣਾ ਚਾਹੀਦਾ ਜੇਕਰ ਮੈਨੂੰ ਲੱਗਦਾ ਹੈ ਵੀ ਹੁਣ ਇਹਦੇ ਵਿੱਚ ਅਗਲੀ ਸੋਧ ਵੀ ਹੋ ਜਾਣੀ ਚਾਹੀਦੀ ਆ ਵੀ ਜੇਕਰ ਕੋਈ ਸਮੇਂ ਤੋਂ ਪਹਿਲਾਂ ਚਲੋ ਕੋਈ ਅਜਿਹੀ ਗੱਲ ਹੋ ਗਈ ਕੋਈ ਬਿਮਾਰ ਹੋ ਜਵੇ ਉਹ ਵੱਖਰੀ ਗੱਲ ਆ ਜਾਂ ਕੋਈ ਕਿਸੇ ਕਾਰਨ ਸੀਟ ਖਾਲੀ ਹੋ ਜਵੇ ਕਿਸੇ ਦੀ ਦਿੱਤ ਕਰਕੇ ਕਿਵੇਂ ਫਿਰ ਤਾਂ ਜਿਮਨੀ ਚੋਣ ਹੋਵੇ ਜੇ ਬੰਦਾ ਜਾਣ ਬੁੱਝ ਕੇ ਜਿਮਨੀ ਚੋਣ ਆਪਣੇ ਰਿਜਾਈਨ ਦਿੰਦਾ ਤੇ ਉਹ ਅੱਗੇ ਜਾ ਕੇ ਇਲੈਕਸ਼ਨ ਲੜਦਾ ਹੈ ਤਾਂ ਦੋਵੇਂ ਚੋਣਾਂ ਦਾ ਖਰਚਾ ਜਿਹੜੀ ਉਹਨੇ ਪਿੱਛੇ ਲੜੀ ਤੇ ਅਗਲੀ ਹੋਣੀ ਆ ਉਹਦਾ ਖਰਚਾ ਉਹ ਦੇਗਾ ਉਹਦਾ ਖਰਚਾ ਜਿਹੜਾ ਉਹ ਉਮੀਦਵਾਰ ਹੋਵੇਗਾ ਜਿਹੜਾ ਉਮੀਦਵਾਰ ਛੱਡੇਗਾ ਉਹਦੀ ਜੇਬ ਦੇ ਵਿੱਚ ਇਹ ਤੂੰ ਹੋਣਾ ਚਾਹੀਦਾ ਤਾਂ ਕਿ ਘੱਟੋ-ਘੱਟ ਇਝਹੀ ਜਿਹੜੀ ਰੋਕ ਆ ਉਹ ਅੱਗੇ ਵੱਸ ਲੱਗ ਸਕੇ ਹੁਣ ਇੱਕ ਗਲਤੀ ਤਾਂ ਆ ਗਈ ਇੱਥੇ ਐਮਐਲਏ ਵਾਲੀ ਜਿਹੜੀ ਆਪਾਂ ਕਰ ਰਹੇ ਆ ਕਿ ਐਮਐਲਏ ਅਸਤੀਫੇ ਦੇ ਰਹੇ ਨੇ ਜੀ ਉਹ ਦਲ ਬਦਲ ਰਹੇ ਨੇ ਇਹੋ ਗਲਤ ਹੈ ਦੂਏ ਪਾਸੇ ਸਪੀਕਰ ਸਾਹਿਬ ਸਪੀਕਰ ਹੋਰੀ ਉਹਨਾਂ ਦੇ ਹਸਤੀਫੇ ਮਨਜ਼ੂਰ ਨਹੀਂ ਕਰ ਰਹੇ ਸਪੀਕਰ ਹੋਰੀ ਵੀ ਕਿਤੇ ਆਪਣਾ ਦਾਅ ਖੇਡ ਰਿਹਾ ਕਿ ਜੇ ਮੈਂ ਹਸਤੀਫੇ ਮਨਜ਼ੂਰ ਕਰ ਲੇ ਤਾਂ ਜਿਹੜੀ ਪਾਰਟੀ ਨੇ ਮੈਨੂੰ ਸਪੀਕਰ ਬਣਾਇਆ ਮਤਲਬ ਕਿ ਕਾਂਗਰਸੀ ਸਰਕਾਰ ਤਾਂ ਮੇਰੀ ਪਾਰਟੀ ਦੇ ਐਮਐਲਏ ਘਟ ਜਾਣੇ ਤੇ ਸਰਕਾਰ ਗਿਰ ਜਾਣੀ ਹੈ ਸਪੀਕਰ ਵੀ ਆਪਣੀ ਨੈਤਿਕ ਭੂਮਿਕਾ ਤੋਂ ਭੱਜ ਰਹੇ ਨੇ ਜੇਕਰ ਹਸਤੀਫਾ ਆ ਗਿਆ ਤਾਂ ਮਨਜ਼ੂਰ ਨਹੀਂ ਕਰ ਲੈਣੀ ਚਾਹੀਦੀ ਠੀਕ ਹੈ ਜੋ ਹੋਏਗਾ ਦੇਖੀ ਜਾਏਗਾ ਦੇਵਕ ਜੀ ਇਹਦੇ ਚ ਨਾ ਦੋ ਤਰ੍ਹਾਂ ਦੇ ਇੱਕ ਨਾ ਕਾਨੂੰਨੀ ਜਿਹੜੇ ਪਹਿਲੂ ਆ ਜਾਂ ਨੁਕਤੇ ਆ ਜਾਂ ਪੇਚੀਗੀਆਂ ਦੀਆਂ ਹੈਗੀਆਂ ਉਹਨਾਂ ਦੀ ਉਹਦੇ ਵਿੱਚ ਫਸ ਉਹ ਗੱਲ ਫਸ ਜਾਂਦੀ ਹੈ ਪेंच ਫਸ ਜਾਂਦਾ ਹੈ ਇੱਕ ਤਾਂ ਸਪੀਕਰ ਨੂੰ ਇਹ ਹੁੰਦਾ ਚਾਹੇ ਉਹ ਲੋਕ ਸਭਾ ਦਾ ਚਾਹੇ ਵਿਧਾਨ ਸਭਾ ਦਾ ਪਰ ਉਹਨੂੰ ਇਹ ਹੁੰਦਾ ਵੀ ਕੋਰਟ ਉਹਨਾਂ ਦੇ ਮਾਮਲਿਆਂ 'ਚ ਧੱਕ ਲੈਂਦੇ ਰਹੇ ਸਪੀਕਰ ਇਚ ਸੁਪਰੀਮ ਹਾਂ ਠੀਕ ਆ ਉਹ ਆਪਣੇ ਉਹਨੂੰ ਸੁਪਰੀਮ ਮੰਨਦਾ ਤੇ ਦੂਜੀ ਗੱਲ ਜੇ ਤੁਸੀਂ ਹੁਣ ਆਪਾਂ ਕਰਨਾਟਕਾ ਦੀ ਯਾਰ ਗੋਆ ਨੂੰ ਦੇ ਦਿਆ ਕਰਨਾਟਕਾ ਨੂੰ ਦੇ ਕੇ ਦੇ ਦਿਆ ਜਦੋਂ ਉੱਥੇ ਸੀਟਾਂ ਦੀ ਘਟ ਜਣੀ ਦੂਜਿਆਂ ਦੀ ਜਣੀ ਤਾਂ ਕਿਤਨਾ ਕਿਤੇ ਜਦੋਂ ਦੂਜੀ ਸਰਕਾਰ ਬਣ ਗਈ ਤਾਂ ਸਪੀਕਰ ਨੂੰ ਵੀ ਇਹ ਪਤਾ ਵੀ ਮੇਰੀ ਵੀ ਉਹਦੀ ਮੇਰਾ ਵੀ ਸਪੀਕਰ ਵੱਧ ਗਿਆ ਬਿਲਕੁਲ ਬਿਲਕੁਲ ਇਹ ਵੀ ਇਹ ਵੀ ਕਹਾਂ ਕੱਟ ਗਿਣਤੀ ਇਹ ਵੀ ਇੱਕ ਮਸਲਾ ਆਏਗਾ ਕਿਉਂਕਿ ਜਿਹੜੀਆਂ ਸਰਕਾਰਾਂ ਇਹ ਨੰਬਰ ਨੰਬਰ ਪਰ ਗੇਮ ਤੇ ਖੜੀਆਂ ਹਾਂ ਵੱਧ ਸੀਟ ਇਹਨਾਂ ਦਾ ਕੋਈ ਉਹ ਨਹੀਂ ਵੀ ਥੱਲੇ ਬੋਟ ਸ਼ੇਅਰਿੰਗ ਕਿਹਾ ਇਹਦਾ ਇਹ ਦੇਖਣਾ ਹੈ ਵੀ ਕਿਹਦੇ ਕੋਲ ਕਿੰਨੀ ਗਿਣਤੀ ਆ ਅਜੇ ਇੱਕ ਗਿਣਤੀ ਵੱਧ ਹੋਵੇ ਤਾਂ ਉਹਦੀ ਸਰਕਾਰ ਹੋਣੀ ਹੈ ਦੂਜੀ ਗੱਲ ਜਿਹੜੇ ਵਿਧਾਇਕ ਆ ਜੀ ਇਹ ਜਿਹੜਾ ਰਜੈਨਦ ਦਿਨਾ ਜੀ ਇਹਦੇ ਵਿੱਚ ਵੀ ਬਹੁਤ ਨਕੂਨ ਨਹੀਂ ਰੱਖ ਲੈਂਦੇ ਕਿਉਂਕਿ ਇੱਕ ਨਾ ਛੇਪ ਬਣੀ ਹੋਈ ਆ ਇੱਕ ਮੈਟਰ ਬਣਿਆ ਹੋਇਆ ਵੀ ਤੁਸੀਂ ਜੇ ਤਾਂ ਰਜਾਇਨ ਦੇਣਾ ਤੁਸੀਂ ਉਸ ਖਾਕੇ 'ਚ ਦੇਣਾ ਹਾਂ ਉਸੇ ਖਾਕੇ ਦੇ ਵਿੱਚ ਦੇਣਾ ਤੇ ਇਸ ਨੌਕਰੀਆਂ ਦੇ ਵਿੱਚ ਵੀ ਹੈ ਇਸੇ ਕਰਕੇ ਫਿਰ ਬਾਰ-ਬਾਰ ਜਿਹੜੀਆਂ ਉਹ ਰਜਾਇਨ ਮਨਜ਼ੂਰ ਨਹੀਂ ਹੁੰਦੇ ਉਹ ਤੇ ਸਪੀਕਰ ਵੀ ਇਸ ਗੱਲ ਦਾ ਫਾਇਦਾ ਲੈਂਦੇ ਨੇ ਵੀ ਇਹ ਭਾਈ ਜੇ ਆਪਣਾ ਖਾਕੇ ਦੇ ਵਿੱਚ ਦੇ ਮੈਂ ਤੇਰਾ ਮਨਜ਼ੂਰ ਕਰਾਂਗਾ ਜਿਹੜੇ ਵਿਧਾਇਕਾ ਉਹ ਦਿੰਦੇ ਨਹੀਂ ਉਹ ਕਹਿੰਦੇ ਵੀ ਨਹੀਂ ਨਹੀਂ ਮੈਂ ਤਾਂ ਜੀ ਆਪਣੀ ਨੈਤਿਕਤਾ ਨੂੰ ਦੇਖ ਕੇ ਰਹਿ ਤਾ ਜਿਵੇਂ ਕਿ ਹੁਣ ਆਪ ਸਭ ਤੋਂ ਪਹਿਲਾਂ ਫੁਲਕੇ ਦੀ ਆਪਾਂ ਗੱਲ ਕਰ ਲਈ ਨਹੀਂ ਆਪਾਂ ਆਮਨੇ ਉਸ ਵਿਸ਼ੇ ਤੇ ਪੰਜਾਬ ਵਾਲੇ ਪਾਸੇ ਨੂੰ ਆਨੇ ਸਮਾਂ ਇੱਕ ਬ੍ਰੇਕ ਦਾ ਹੋ ਰਿਹਾ ਪੰਜਾਬ ਵਾਲਾ ਮਸਲਾ ਸੀ ਵਿਚਾਰਨਾ ਬਿਲਕੁਲ ਮੈਂ ਜਿਵੇਂ ਕਿ ਕਿਹਾ ਜਾ ਰਿਹਾ ਕਿ ਉੱਥੇ ਸਪੀਕਰ ਮਨਜ਼ੂਰ ਨਹੀਂ ਕਰ ਰਹੇ ਬਿਲਕੁਲ ਸਪੀਕਰ ਅਸਤੀਫੇ ਇਸ ਲਈ ਨਹੀਂ ਮਨਜ਼ੂਰ ਕਰ ਰਹੇ ਕਿ ਮੇਰੀ ਪਾਰਟੀ ਦੀ ਸਰਕਾਰ ਵੀ ਚਲੀ ਜਾਣੀ ਹੈ ਤੇ ਜੇ ਸਰਕਾਰ ਗਈ ਤਾਂ ਮੇਰਾ ਸਪੀਕਰ ਪਦ ਵੀ ਚਲਾ ਜਾਣਾ ਪੰਜਾਬ ਦੇ ਸਪੀਕਰ ਸਾਹਿਬ ਕੋਲ ਵੀ ਖਾਸ ਅਸਤੀਫੇ ਪਏ ਨੇ ਜੇ ਖਾਸੀਆਂ ਰਿਪੋਰਟਾਂ ਪਈਆਂ ਨੇ ਪਰ ਉਹ ਵੀ ਮਨਜ਼ੂਰ ਨਹੀਂ ਕਰ ਰਹੇ ਜੇ ਉਹ ਮਨਜ਼ੂਰ ਕਰ ਲੈਣ ਉਹਨਾਂ ਦਾ ਸ ਪਰ ਕਾਰਨ ਕਈ ਹੋਰ ਵੀ ਹੋ ਸਕਦੇ ਨੇ ਕੱਲਾ ਮਸਲਾ ਸਰਕਾਰ ਜਾਣਦਾ ਹੀ ਨਹੀਂ ਹੁੰਦਾ ਵਿਰੋਧੀ ਧਿਰ ਦਾ ਵੀ ਮਸਲਾ ਕੁਛ ਨਾ ਕੁਛ ਹੁੰਦਾ ਪੰਜਾਬ ਚ ਵੀ ਜੇ ਸਥਿਤੀ ਹੈ ਜਦੀ ਗੱਲ ਸ਼ੋਹਣ ਲੱਗੇ ਸੀ ਸਾਡੇ ਮਹਿਮਾਨ ਸ਼ਿਪਰ ਸਿੰਘ ਜੀ ਅਸੀਂ ਉਸੇ ਮੱਦੇ ਤੇ ਮੜਾਂਗੇ ਤੇ ਕੱਲ ਕਰਾਂਗੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਸਪੀਕਰ ਕੋਲ ਪਏ ਅਜਿਹੇ ਅਸਤੀਫਿਆਂ ਦੀ ਤੇ ਪਰ ਇੱਕ ਸਮਾਂ ਛੋਟੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਹੁਣੇ ਪਰਤਦੇ ਹਾਂ ਵੇਖਦੇ ਰਹੀਜ਼ਨ ਪੰਜਾਬ ਟੀਵੀ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਚਰਚਾ ਦਾ ਮੁੱਦਾ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਐਮਐਲਏ ਕਿਵੇਂ ਪਾਲਾ ਬਦਲਦੇ ਨੇ ਜਾਂ ਕਿਵੇਂ ਅਸਤੀਫੇ ਨੂੰ ਲੈ ਕੇ ਸਪੀਕਰ ਸਾਜ਼ਿਸ਼ ਕਰਦੇ ਨੇ ਰਾਜਨੀਤੀ ਕਰਦੇ ਨੇ ਪੰਜਾਬ ਪੰਜਾਬ ਦੇ ਵਿੱਚ ਵੀ ਦਲ ਬਦਲੀਆਂ ਦਾ ਦੌਰ ਪੁਰਾਣਾ ਰਿਹਾ ਇਹ ਅੱਜ ਦੀ ਗੱਲ ਨਹੀਂ ਹੈ ਪਹਿਲਾਂ ਵੀ ਜਿਆ ਕੁਝ ਹੁੰਦਾ ਰਿਹਾ ਕਿ ਬਾਪੂ ਜੇ ਤਾਜੀ ਪਿਛਲੀ ਗੱਲ ਕਰੀਏ ਬਾਪੂ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਦੇ ਵਿੱਚ ਐਮਪੀ ਹੁੰਦਾ ਤੇ ਪੁੱਤ ਕਾਂਗਰਸ ਵੱਲੋਂ ਐਮਐਲਏ ਬਣ ਜਾਂਦਾ ਅਜਿਹੀਆਂ ਸਥਿਤੀਆਂ ਪੰਜਾਬ ਦੇ ਵਿੱਚ ਵੀ ਨੇ ਤੇ ਮਨਮੋਹਨ ਸਿੰਘ ਦੇ ਸਮੇਂ ਵੀ ਐਮਪੀ ਇੱਥੋਂ ਜਿੱਤ ਕੇ ਫਤੇਗੜ ਸਾਹਿਬ ਤੋਂ ਅਕਾਲੀ ਦਲ ਵੱਲੋਂ ਜਾਂਦਾ ਤੇ ਉੱਥੇ ਸਾਥ ਕਾਂਗਰਸ ਦਾ ਦੇ ਦਿੰਦਾ ਤੇ ਦੂਈ ਵਾਰ ਕਾਂਗਰਸ ਤੋਂ ਟਿਕਟ ਲੈ ਕੇ ਫਿਰ ਐਮਪੀ ਬਣਦਾ ਅਜਿਹੀਆਂ ਸਥਿਤੀਆਂ ਪੰਜਾਬ 'ਚ ਹੁੰਦੀਆਂ ਰਹੀਆਂ ਪਰ ਹੁਣ ਤਾਜ਼ਾ ਦੌਰ ਚੱਲਿਆ ਜਦੋਂ ਆਮ ਆਦਮੀ ਪਾਰਟੀ ਦੇ ਵਖਰੇਵੇਂ ਦੀ ਗੱਲ ਆਈ ਆਮ ਆਦਮੀ ਪਾਰਟੀ ਦਾ ਵਿਖਰਿਆ ਉਹਦਾ ਜਿਨਾਂ ਨੇ ਅਸਤੀਫੇ ਦੇਣੇ ਪਏ ਜਾਂ ਜਿਮਨੀਆ ਚੋਣ ਲੜ ਲੀਆਂ ਜਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਬਣ ਗਏ ਉਹ ਸਭ ਦੇ ਬਾਵਜੂਦ ਉਹਨਾਂ ਦੇ ਅਸਤੀਫੇ ਮਨਜ਼ੂਰ ਨਹੀਂ ਹੁੰਦੇ ਉਹਨਾਂ ਚੋਂ 2 ਐਮਐਲਏ ਕਾਂਗਰਸ ਵਿੱਚ ਹੀ ਆ ਜਾਂਦੇ ਨੇ ਤਾਂ ਵੀ ਅਸਤੀਫੇ ਮਨਜ਼ੂਰ ਨਹੀਂ ਪੰਜਾਬ ਦੇ ਵਿੱਚ ਤਾਂ ਜੇ ਕੋਈ ਸਥਿਤੀ ਨਿਕਲੇ ਜੇ ਅਸਤੀਫੇ ਸਪੀਕਰ ਮਨਜ਼ੂਰ ਕਰ ਲੈਣ ਤਾਂ ਕਾਂਗਰਸੀ ਸਰਕਾਰ ਗਿਰ ਜਾਏਗੀ ਤੇ ਬੀਜੇਪੀ ਵੀ ਪੰਜਾਬ ਚ ਇੰਨੀ ਤਾਕਤ ਨਹੀਂ ਰੱਖਦੀ ਕਿ ਕਾਂਗਰਸ ਨੂੰ ਸਰਕਾਰ ਦੇਖ ਸਕੇ ਇਹ ਵੱਖਰੀ ਗੱਲ ਹੈ ਕਿ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਬੀਜੇਪੀ ਨਾਲ ਜਾਰੀ ਕਹਿੰਦੇ ਖਾਸ ਕਰਕੇ ਮੋਦੀ ਜੀ ਨਾਲ ਜਾਰੀ ਚੰਗੀ ਨ ਪੰਜਾਬ ਦੇ ਵਿੱਚੋਂ ਐਚਐਸ ਫੂਲਕਾ ਜਿਹਦੀ ਗੱਲ ਤੁਸੀਂ ਛੁਣਨ ਲੱਗੇ ਸੀਗੇ ਉਹ ਅਸਤੀਫਾ ਦੇ ਦਿਆ ਕਿ ਮੈਂ ਹੁਣ 84 ਸਿੱਖ ਕਤਲਿਆਂ ਦੇ ਮਾਮਲਿਆਂ ਨੂੰ ਧਿਆਨ ਨਾਲ ਦੇਖਣਾ ਜਾਂ ਮੈਂ ਸ਼੍ਰੋਮਣੀ ਕਮੇਟੀ ਨੂੰ ਅਕਾਲੀਆਂ ਤੋਂ ਆਜ਼ਾਦ ਕਰਨ ਦੀ ਲੜਾਈ ਲੜਨੀ ਹੈ ਮੈਂ ਐਮਐਲਏ ਸ਼ਿਪ ਤੋਂ ਅਸਤੀਫਾ ਦਿੰਦਾ ਪਰ ਉਹ ਹਲਕਾ ਉਵੇਂ ਹੀ ਲਵਾਸਪੇ ਉਸ ਤੋਂ ਬਾਅਦ ਖੈਰਾ ਆਪਣੇ ਦਲ ਨਾਲ ਬਾਹਰ ਆਉਂਦੇ ਨੇ। ਉਸ ਸਮੇਂ ਰੋਲਾ ਪੈਂਦਾ ਕਿ ਜਿੰਨੇ ਉਹਨਾਂ ਨਾਲ ਆਏ ਉਹਨਾਂ ਦੇ ਅਸਤੀਫੇ ਹੋਣੇ ਚਾਹੀਦੇ ਨੇ ਸੀਟਾਂ ਖਾਲੀ। ਪਰ ਨਹੀਂ ਉਹ ਕੁਝ ਲੁਕਾ ਰੱਖ ਜਾਂਦੇ ਨੇ ਪਿੱਛੇ ਰਹਿੰਦੇ ਨੇ ਜਦੋਂ ਨਵੀਂ ਪਾਰਟੀ ਬਣਾਉਂਦੇ ਨੇ। ਜਿੱਦਣ ਖੈਰਾ ਨਵੀਂ ਪਾਰਟੀ ਬਣ ਗਈ। ਖੈਰਾ ਜਦੋਂ ਸਟੇਜ ਤੋਂ ਐਲਾਨ ਕਰਦਾ ਖੈਰੇ ਦੀ ਵਿਧਾਇਕੀ ਦਾ ਉਹ ਦਿਨ ਜਾਣੀ ਚਾਹੀਦੀ ਸੀਗੀ ਤੇ ਤੁਸੀਂ ਵੱਖਰਾ ਪਰ ਉਸ ਦੇ ਬਾਵਜੂਦ ਉਹ ਐਮਪੀ ਦੀ ਚੋਣ ਵੀ ਲੜ ਲੈਂਦੇ ਨੇ। ਚੋਣ ਤੋਂ ਆ ਨਤੀਜੇ ਵੀ ਆ ਜਾਂਦੇ ਨੇ ਚੋਣ ਵੀ ਹਾਰ ਲੈਂਦੇ ਨੇ ਤੇ ਉਹਨਾਂ ਦੇ ਨਾਲ ਮਾਸਟਰ ਬਲਦੇਵ ਸਿੰਘ ਵੀ ਚੋਣ ਲੜਦੇ ਨੇ। ਦੋ ਐਮਐਲਏ ਉਹੀ ਹੋਗੇ। ਉਸ ਤੋਂ ਬਾਅਦ ਦੋ ਐਮ ਤੇ ਉਸ ਦੇ باوجود ਵੀ ਉਹਨਾਂ ਦੇ ਸਿਫੇ ਨਹੀਂ ਮਨਜ਼ੂਰ ਹੁੰਦੇ ਉਹਨਾਂ ਦੀ ਚਰਚਾ ਮਾ ਨਹੀਂ ਚਰਚਾ ਉਹਨਾਂ ਦੀ ਜਿਹੜੇ ਦੋ ਜਿੱਤ ਕੇ ਗਏ ਇੱਕ ਬੀਜੇਪੀ ਦਾ ਸੌਮ ਪ੍ਰਕਾਸ਼ ਤੇ ਇੱਕ ਅਕਾਲੀਵਾਲਾ ਦਾ ਸੁਖਵੀਰ ਬਾਦਲ ਉਹਨਾਂ ਦੋਵਾਂ ਦੇ ਜਿਮਨੀ ਚਾਉਣ ਦੀ ਹੋਣ ਦੀ ਗੱਲ ਜਿਹੜੇ ਆ ਪੰਜ ਹਲਕੇ ਖਾਲੀ ਪਏ ਨੇ ਸਪੀਕਰ ਸਾਹਿਬ ਇੱਥੇ ਵੀ ਕਿਉਂ ਨਹੀਂ ਬੋਲਦੇ ਪੰਜਾਬ ਦੇ ਦੀਪਕ ਜੀ ਸਭ ਤੋਂ ਪਹਿਲਾਂ ਆਪਾਂ ਐਚਐਸ ਫੁਲਕਾ ਦੀ ਗੱਲ ਕੀਤੀ ਹੈ ਜਦੋਂ ਉਹਨਾਂ ਨੇ ਮਤਲਬ ਵਿਰੋਧੀ ਧਿਰ ਦਾ ਅਹੁਦਾ ਛੱਡਿਆ ਉਦੋਂ ਜਿਹੜੀ ਗੱਲ ਤੁਸੀਂ ਕਰ ਰਹੇ ਆ ਵੀ ਮੈਂ 84 ਦੇ ਮਾਮਲੇ ਆ ਜਿਹੜੇ ਕੇਸ ਆ ਉਹ ਕੱਢਨੇ ਆ ਇਸ ਤੇ ਕਿਉਂਕਿ ਉਦੋਂ ਮੇਰਾ ਖਾ ਬਾਰ ਕਾਉਂਸਲ ਨੇ ਕੋਈ ਅਤਰਾਜ ਕੀਤਾ ਸੀਗਾ ਜਿਸ ਕਰਕੇ ਉਹਨਾਂ ਨੂੰ ਉਹ ਛੱਡਣੀ ਪਈ ਤੇ ਉਹਨਾਂ ਨੇ ਮਤਲਬ ਚੰਗੀ ਗੱਲ ਆ ਵੀ ਉਹਨਾਂ ਨੇ ਨਹੀਂ ਮੈਂ ਉਹੀ ਕਰਾਂਗੇ ਉਹਨਾਂ ਨੇ ਜਮੀਰ ਜਮੀਰ ਦੀ ਆਵਾਜ਼ ਉਹਨਾਂ ਨੇ ਸੁਣੀ ਤਾਂ ਉਹਨਾਂ ਨੇ ਚੰਗੀ ਗੱਲ ਆ ਵੀ ਉਹਨਾਂ ਨੇ ਸਮਾਜਿਕ ਕਾਜ ਚੁਣਿਆ ਹਾਂ ਉਹ ਆਪਣਾ ਕੰਮ ਸ਼ੁਰੂ ਕਰ ਲਿਆ ਪਰ ਜਿਹੜੀ ਗੱਲ ਅਸਤੀਫੇ ਵਾਲੀ ਗੱਲ ਆ ਉਹ ਅਸਤੀਫੇ ਵਾਲੀ ਗੱਲ ਇਹ ਆ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨੂੰ ਜਿਹੜੀ ਜਸਟਿਸ ਰਣਜੀਤ ਸਿੰਘ ਜੀ ਉਹਦੇ ਉੱਪਰ ਬਹਿਸ ਹੋ ਰਹੀ ਸੀ ਉਦੋਂ ਉਹਨੇ ਉਦੋਂ ਪਹਿਲਾਂ ਉਹਨੇ ਮਤਲਬ ਇੱਕ ਚੁਣੌਤੀ ਵੀ ਦਿੱਤੀ ਸੀ ਕਿ ਬਹਿਸ ਤੋਂ ਮਤਲਬ ਕਮਿਸ਼ਨ ਦੀ ਰਿਪੋਰਟ ਦੇ ਦੌਰਾਨ ਵੀ ਜਿਹੜੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਇਹ ਕੀਤਾ ਜਾਵੇ ਉਹ ਕੀਤਾ ਜਾਵੇ ਕਾਰਵਾਈ ਕੀਤੀ ਜਾਵੇ ਮਤਲਬ ਸਖਤ ਭਾਸ਼ਾ 'ਚ ਜੇ ਮੈਂ ਸਦਾ ਰੂਪ 'ਚ કહਾਂ ਤਾਂ ਉਹਨਾਂ ਨੇ ਬਾਦਲ ਪਰਿਵਾਰ ਦਾ ਬਾਦਲਾਂ ਦਾ ਮਤਲਬ ਬਿਲਕੁਲ 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 ਤੇ ਜਦੋਂ ਸੈਸ਼ਨ ਹੋਇਆ ਸੈਸ਼ਨ ਵਿੱਚ ਵੀ ਉਹ ਬਾਰ ਬਾਰ ਇਹ ਗੱਲ ਕਹਿੰਦੇ ਰਹੇ ਵੀ ਇਹਨਾਂ ਦਾ ਨਾਮ ਜੋੜਿਆ ਜਾਵੇ ਇਹਨਾਂ ਦੇ ਪਰ ਐਫ ਆਈ ਆਰ ਆ ਜਿਹੜੀ ਉਹ ਸ਼ਾਮਲ ਕੀ ਦੇ ਵਿੱਚ ਨਾਮ ਦਿੱਤਾ ਜਾਵੇ ਪ੍ਰਕਾਸ਼ ਸਿੰਘ ਬਾਦਲ ਦਾ ਤੇ ਸੁਖਵੀਰ ਬਾਦਲ ਦਾ ਤੇ ਉਹਨਾਂ ਨੇ ਚਲੋ ਉਹਦੇ ਵਿੱਚ ਨਾਮ ਨਹੀਂ ਜੋੜਿਆ ਇੱਕ ਵਲਗ ਇੱਕ ਕਾਨੂੰਨੀ ਵੱਖਰਾ ਵਿਸ਼ਾ ਜਾਨੀ ਕਿ ਨਵਜੋ ਸਿੱਧੂ ਚਾਰਾਂਜੀ ਚੰਨੀ ਰੰਧਾਵਾ ਰੰਧਾਵਾ ਯਾਤਰੀ ਹੋਰਾਂ ਨੇ ਵੀ ਇਸ ਗੱਲ ਦੀ ਤੈਅਦ ਕੀਤੀ ਵੀ ਕਾਰਵਾਈ ਹੋਣੀ ਚਾਹੀਦੀ ਸਰਕਾਰ ਕਰ ਇਹ ਵੱਖਰਾ ਵਿਸ਼ਾ ਬਿਲਕੁਲ ਵੱਖਰਾ ਵਿਸ਼ਾ ਪਰ ਜਿੱਥੇ ਤੱਕ ਉਹਦੇ ਰਜਾਇਨ ਦੀ ਗੱਲ ਫੁਲਕਾ ਜੀ ਨੇ ਆਪਣੇ ਰਜਾਇਨ ਦੇ ਵਿੱਚ ਜੋ ਉਹ ਦੇਖੋ ਸੁਪਰੀਮ ਕੋਰਟ ਦੇ ਉਹਗੇ ਵਕੀਲ ਉਹਨਾਂ ਨੇ ਜੋ ਇੱਕ ਖੱਕਾ ਵੀ ਮੈਂ ਕਿਸੇ ਕਾਰਨਾ ਕਰਕੇ ਮੈਂਬਰਸ਼ਿਪ ਤੋਂ ਰਿਜਾਈਂ ਦਿੰਦਾ ਇਹ ਲਈ ਖੜਦੀ ਭਜਾਏ ਇਹ ਲਿਖਿਆ ਕਿ ਇਹਨਾਂ ਦੇ ਕਾਰਵਾਈ ਨਹੀਂ ਕਰ ਰਹੇ ਫਲਾਣਾ ਕਾਰਵਾਈ ਨਹੀਂ ਕਰ ਰਹੀ ਵਿਧਾਨ ਸਭਾ ਚ ਸੈਸ਼ਨ ਹੋਇਆ ਸੀਗਾ ਤੁਸੀਂ ਇਹ ਕੀਤਾ ਭਾਵਨਾਵਾਂ ਮਤਲਬ ਪੇਟੀ ਫਲਾਣਾ ਇੱਕ ਲੰਬਾ ਚੋ ਲੈਟਰ ਲਿਖਿਆ ਹਾਂ ਇੱਕ ਲੰਬਾ ਚੋ ਉਹ ਅਸਤੀਫਾ ਘੱਟ ਲੈਟਰ ਵਾਸ ਸੀ ਹਾਂ ਮਤਲਬ ਉਹ ਚ ਕੰਡੀਸ਼ਨ ਲਾਤੀ ਜੀ ਤੁਮ ਮੈਂ ਦੁਖੀ ਹੋ ਕੇ ਦਿੰਦਾ ਇਹਨਾਂ ਹਾਲਤਾਂ ਦੇ ਵਿੱਚ ਉਹ ਲਟ ਗਿਆ ਸੀਗਾ ਸਾਹਿਬ ਨੇ ਬਿਲਕੁਲ ਉਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਕਿਉਂਕਿ ਇੱਕ ਉਹਨਾਂ ਨੇ ਉਦੋਂ ਮੇਲ ਕੀਤੀ ਸੀਗੀ ਉੱਤੇ ਬਾਅਦ ਫੇਰ ਸਪੀਕਰ ਸਾਹਿਬ ਨੇ ਉਹਨੂੰ ਦੋ ਤਿੰਨ ਵਾਰੀ ਬੁਲਾਇਆ ਬੁਲਾਇਆ ਉੱਤੇ ਬਾਅਦ ਫੇਰ ਵੀ ਜਦੋਂ ਉਹਨਾਂ ਨੇ ਦੂਜੀ ਵਾਰੀ ਆਪਣਾ ਉਹ ਦਿੱਤਾ ਜਾਦ ਪੱਤਰ ਦਿੱਤਾ ਉਹਦੇ ਵਿੱਚ ਵੀ ਉਹਨਾਂ ਨੇ ਇਹ ਲਿਖਿਆ ਵੀ ਮੈਂ ਇੰਨੀ ਤਰੀਕ ਨੂੰ ਤੁਹਾਨੂੰ ਆਪਣਾ ਰਿਜਾਇਨ ਦਿੱਤਾ ਸੀਗਾ ਉਹ ਜਿਹੜਾ ਰਿਜਾਇਨ ਆ ਉਹ ਹੈ ਕਿਰਵਾ ਕਰਕੇ ਉਸ ਰਜਾਇਨ ਨੂੰ ਮਨਜ਼ੂਰ ਕੀਤੇ ਹੁਣ ਜੇ ਅਸਤੀਫਾ ਮਨਜ਼ੂਰ ਹੁੰਦਾ ਤਾਂ ਮਤਲਬ ਕਿ ਉਹ ਗੱਲਾਂ ਜਾਇਜ਼ ਠਹਿرائیਆਂ ਜਾ ਸਕਦੀਆਂ ਹਾਂ ਫਿਰ ਉਹਨੇ ਉਹ ਗੱਡੇ ਨਾਲ ਇਕੱਠਾ ਬੰਨਤਾ ਫਿਰ ਇਸ ਕਰਕੇ ਨਹੀਂ ਹੋਇਆ ਇਦਾਂ ਜਿਹੜੇ ਦੂਸਰੇ ਵਿਧਾਇਕ ਸੀਗੇ ਚਾਹੇ ਖੈਰਾ ਜੀ ਹੋਗੇ ਜਾਂ ਹੋਰ ਹੋਗੇ ਉਹਨਾਂ ਨੇ ਵੀ ਕਿਤਨਾ ਕਿਤੇ ਕੰਡੀਸ਼ਨਲ ਜਿਹੜੀਆਂ ਕਿਤਨਾ ਕਿਤੇ ਇਹ ਜੇ ਮਤਲਬ ਸ਼ਬਦਾਂ ਦੀ ਵਰਤੋਂ ਕੀਤੀ ਹੋਈ ਆ ਜਿਹੜੀ ਉਹ ਸਪੀਕਰ ਰਜਾਇਨ ਦੇਣ ਦੀ ਇੱਕ ਮਰਿਆਦਾ ਇੱਕ ਖਾਕਾ ਬਣਿਆ ਉਹਦੇ ਸਾਂਚੇ ਦੇ ਵਿੱਚੋਂ ਫਿੱਟ ਨਹੀਂ ਹੋ ਰਹੇ ਇਸ ਫਿੱਟ ਨਾ ਹੋਣ ਕਰਕੇ ਹੀ ਸਪੀਕਰ ਵੱਲੋਂ ਬਾਰ-ਬਾਰ ਜਿਹੜੀਆਂ ਤਰੀਕਾਂ ਪਾਈ ਜਾਂਦੀਆਂ ਕਿਉਂਕਿ ਆਪਣਾ ਸਿਸਟਮ ਹੈ ਜਿਹੜਾ ਜੁਡੀਸ਼ੀਅਲ ਦਾ ਜਾਂ ਉਹ ਤਰੀਕਾ ਸ਼ਿਵਰ ਜੀ ਸ਼ਿਵਰ ਜੀ ਮੈਂ ਮੈਂ ਮੰਨ ਗਿਆ ਕਿ ਜਿਹੜਾ ਖਾਕਾ ਜਿਹੜਾ ਇੱਕ ਵਿਧਾਨ ਸਭਾ ਦਾ ਨੌਰਮ ਹੈ ਉਹ ਇੱਕ ਪਰਫਾਰਮਾ ਬਣਿਆ ਹੁੰਦਾ ਕਿ ਹਾਂ ਇਸ ਦੇ ਰਾਇਓ ਰਜ਼ਾਈਂ ਦੇਣਾ ਆ ਤਰੀਕੇ ਨੇ ਜੇ ਉਹਦੇ ਵਿੱਚ ਨਹੀਂ ਆਉਂਦਾ ਪਰ ਮੰਨ ਕੇ ਕਿ ਉਹਨਾਂ ਨੇ ਉਸ ਹੱਬ ਨਾਲ ਨਹੀਂ ਦਿੱਤਾ ਕਿ ਸਪੀਕਰ ਸਾਹਿਬ ਨੂੰ ਇਹ ਨਹੀਂ ਪਤਾ ਲੱਗਦਾ ਕਿ ਹਾਂ ਇਹ ਇਹਨਾਂ ਨੇ ਮਤਲਬ ਕਿ ਵਿਧਾਇਕੀ ਤੋਂ ਬਾਹਰ ਜਾ ਕੇ ਗਲਤ ਕੰਮ ਕਾਰਵਾਈ ਕੀਤੀ ਹੈ ਇਹਨਾਂ ਨੇ ਦਲ ਬਦਲੀ ਵਾਲੇ ਕਾਨੂੰਨ ਕੀਤੇ ਨੇ ਆਪਣੇ ਆਪ ਕਾਰਵਾਈ ਨਹੀਂ ਹੋ ਸਕਦੀ ਇੱਕ ਗੱਲ ਦੂਜੀ ਗੱਲ ਜਿਹੜੇ ਕਾਂਗਰਸ ਦੇ ਵਿੱਚ ਆ ਗਏ ਦੋ ਸੰਧੋਵਾ ਤੇ ਮਾਨਸ਼ਾਈ ਆ ਉਹ ਤਾਂ ਇਹਨਾਂ ਦੇ ਆਪਣੇ ਪਾਲੇ 'ਚ ਆ ਗਏ ਉਹ ਤਾਂ ਪਤਾ ਹੈ ਇਵਨ ਇੱਕ ਨੂੰ ਦਾ ਰਲਾਉਣ ਦੇ ਵਿੱਚ ਵੀ ਸਪੀਕਰ ਸਾਹਿਬ ਦਾ ਯੋਗਦਾਨ ਆਇਗਾ ਚਾਹੇ ਪਰਦੇ ਦੇ ਹੋਲੇ ਹੁੰਦੇ ਸਾਰੇ ਨੂੰ ਪਤਾ ਕਿ ਰਾਣਾ ਕੇਪੀ ਉਹਨਾਂ ਨੂੰ ਆਪ ਲੈ ਕੇ ਆਏ ਨੇ ਤੇ ਉਸ ਦੇ ਬਾਵਜੂਦ ਜਦੋਂ ਪਾਰਟੀ 'ਚ ਆ ਗਏ ਫਿਰ ਉਹਨਾਂ ਦੇ ਉੱਪਰ ਜਿਮਨੀ ਚੋਣ ਕਿਉਂ ਨਹੀਂ ਦੁਬਾਰਾ ਇਹ ਤਾਂ ਪਤਾ ਹੀ ਨਾ ਅਸੀਫਾ ਦੇਖ ਹੀ ਆਏ ਨੇ ਉਹ ਤਾਂ ਉਹ ਵੀ ਉਸ ਮਸਲੇ ਦੇ ਵਿੱਚ ਚੁੱਪ ਕਿਉਂ ਆ ਫਿਰ ਦਿਪਕ ਜੀ ਬਿਲਕੁਲ ਤੁਹਾਡੀ ਸਹੀ ਗੱਲ ਆ ਜੀ ਦੋ ਜਿਹੜੇ ਨਾਜਰ ਸਿੰਘ ਮਾਨਸ਼ਾਈ ਆ ਤੇ ਹਮਰਜੀਤ ਸੰਦੋਏ ਨੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਜੁਆਇਨ ਕਰ ਲਿਆ ਪਰ ਜਦੋਂ ਇਹਨਾਂ ਨੇ ਵੀ ਅਸਤੀਫਾ ਦਿੱਤਾ ਹੈ ਇਹਦੇ ਵਿੱਚ ਵੀ ਫਿਰ ਕੁਝ ਨਾ ਕੁਝ ਲਿਖਿਆ ਹੋਇਆ ਹੈਗਾ ਪਰ ਸਰਕਾਰ ਕਰ ਲਮੈ ਨੂੰ ਲੱਗ ਰਿਹਾ ਹੈ ਵੀ ਸਰਕਾਰ ਨਹੀਂ ਚਾਹੁੰਦੀ ਵੀ ਜੇ ਲੋਕ ਦੇ ਵਿੱਚ ਚਾਰ ਪੰਜ ਇਹ ਅਸਲੀ ਮਸਲਾ ਇਹ ਹੈ ਕਿ ਉਹ ਇਕੱਠੀਆਂ ਹੋਣ ਉਹ ਚਾਹੁੰਦੇ ਆ ਵੀ ਜਿਸ ਤਰ੍ਹਾਂ ਹੁਣ ਪਹਿਲਾ ਦੋ ਜਿਮਨੀ ਚੋਣਾਂ ਵਾਸਤੇ ਖਾਲੀ ਹੋ ਗਈਆਂ ਸੀਟਾਂ ਹਸ਼ਿਆਰਪੁਰ ਤੇ ਜਲਾਲਾਬਾਦ ਹਾਂ ਫਗਵਾੜਾ ਤੇ ਫਗਵਾੜਾ ਤੇ ਜਲਾਲਾਬਾਦ ਬਿਲਕੁਲ ਤੇ ਵੀ ਇਹ ਜਿਮਨੀ ਚੋਣ ਹੋ ਜਵੇ ਕਾਂਗਰਸ ਜਿਹੜੀ ਇਹ ਦੋ ਜਿੰਨੀਆਂ ਜਾਂਦੀ ਹੈ ਕਹਿੰਦੇ ਹੁੰਦੀ ਹੈ ਡੰਡੇ ਤੇ ਜੋਰ ਨਾਲ ਜਿੰਨੀਆਂ ਚਾਹੁੰਦੀ ਹੈ ਤੇ ਜਦੋਂ ਇਹ ਜਿੱਤ ਜਾਣਗੀਆਂ ਤਾਂ ਫਿਰ ਫਿਰ ਇਹ ਮਾਨਸ਼ਾਹੀ ਔਰ ਉਹ ਕਿਤਨਾ ਕਿਤੇ ਹੋਰ ਵੀ ਗੱਲ ਆ ਜੀ ਇਹਨਾਂ ਦੇ ਪਿੱਛੇ ਜਿਹੜੀ ਅਹੁਦੇਦਾਰਾ ਲੜਾਈ ਚੱਲ ਰਹੀ ਆ ਟਿਕਟਾਂ ਲੈਣ ਦੀ ਕਾਂਗਰਸ ਦੇ ਵਿੱਚ ਇਹ ਵੀ ਚੱਲ ਰਹੀ ਆ ਕਿਵੇਂ ਨਾ ਕਿਵੇਂ ਇਸ ਕਰਕੇ ਇਹ ਵੀ ਜਿਹੜੀਆਂ ਗਿੜਤੀਆਂ ਮਿੜਤੀਆਂ ਕੀਤੀਆਂ ਜਾ ਰਹੀਆਂ ਜਿਹੜਾ ਟਿਕਟ ਲੈਣ ਵਾਲਾ ਉੱਚਾ ਨੂੰ ਕਿਤੇ ਛਾਂਟ ਦਿੱਤਾ ਜਾਵੇ ਦੁੱਜੇ ਨੂੰ ਅੱਗੇ ਲਿਆਂਦਾ ਜਾਵੇ ਇਹਦੇ ਕਰਕੇ ਵੀ ਕਿਤੇ ਨਾ ਕਿਤੇ ਜਿਹੜੇ ਸਿਫੇ ਮਿਲਦੇ ਨਹੀਂ ਇਹ ਗੱਲ ਇਹ ਗੱਲ ਤਾਂ ਸਮਝ ਆਉਂਦੀ ਆ ਕਿ ਕਾਂਗਰਸ ਪੜਾ ਤਰ ਪੜਾ ਪਹਿਲਾਂ ਦੋ ਸੀਟਾਂ ਦੇਣਾ ਤੇ ਫਿਰ ਦੋ ਕਾਂਗਰਸ ਵਾਲੀਆਂ ਤੇ ਫਿਰ ਖੈਰੇ ਤੇ ਬਲਦੇਵ ਵਾਲੀ ਤੇ ਆਵੇ ਜਾਂ ਉਹਦਾ ਨਾਂ ਹੀ ਆਵੇ ਐਂ ਲਟਕਾ ਕੇ ਲੰਘ ਜਵੇ ਉਹ ਸਮਾਂ ਨਹੀਂ ਪਰ ਕੱਲੀ ਕਿਤੇ ਇਹੀ ਮਸਲਾ ਤਾਂ ਨਹੀਂ ਕਿ ਆਪਣੇ ਬੰਦੇ ਕਿਵੇਂ ਜਿਤਾਉਣੇ ਆ ਜਾਂ ਰੋਕ ਰੋਕ ਕੇ ਕਰਾਉਣੀਆਂ ਕਿਤੇ ਇਹ ਵੀ ਤਾਂ ਨਹੀਂਗਾ ਕਿ ਅਕਾਲੀ ਦਲ ਨੂੰ ਵਿਰੋਧੀ ਧਿਰ ਦਾ ਲੀਡਰ ਨਹੀਂ ਬਣਨ ਦੇਣਾ ਇਹ ਵੀ ਕਰ ਨਹੀਂ ਸਕਦਾ ਕਿਉਂਕਿ ਜੇਕਰ ਅਜਿਹਾ ਕੁਝ ਹੁੰਦਾ ਤਾਂ ਆਮ ਆਦਮੀ ਪਾਰਟੀ ਦੀ ਗਿਣਤੀ ਘਟਦੀ ਹੈ ਤੇ ਅਕਾਲੀ ਦਲ ਦਾ ਦਾਅ ਵੀ ਲੱਗ ਸਕਦਾ ਦੇਖੋ ਜਿਹੜਾ ਸਿਆਸੀ ਆਗੂ ਆਪਾਂ ਇਹ ਗੱਲ ਕਹਿੰਦੇ ਵੀ ਇਹ ਲੋਕ ਵੀ ਮੰਨਦੇ ਵੀ ਉਹ ਇੱਕ تیر ਨਾਲ ਕਈ ਨਿਸ਼ਾਨੇ ਫਿੱਟਦਾ ਹਾਂ ਹਾਂ ਕੱਟਕੁੱਟ ਜੇ ਇੱਕ ਨਾਲ ਇੱਕੋ ਫੁੰਡਿਆ ਫਿਰ ਉਹ ਕਹਿੰਦਾ ਯਾਰ ਕੋਈ ਹਾਂ ਫਿਰ ਤਾਂ ਕੋਈ ਫਾਇਦਾ ਨਹੀਂ ਹਾਂ ਹਾਂ ਇੱਕ ਨਾਲ ਦੋ ਫੁੰਡ ਹੋਵੇ ਤਿੰਨ ਹੋਵੇ ਤਾਂ ਇਹ ਵੱਡੀ ਗੱਲ ਹੁੰਦੀ ਆ ਇਹ ਗੱਲ ਠੀਕ ਆ ਹੁਣ ਦੇਖੋ ਅਕਾਲੀ ਦਲ ਨੂੰ ਵੀ ਉਹ ਰੋਕ ਰਿਹਾ ਵੀ ਉਹ ਅੱਗੇ ਨਾ ਆਵੇ ਕਿਉਂਕਿ ਮੁੱਖ ਵਿਰੋਧੀ ਟੀਰਾ ਜੇ ਦੇਖੀਏ ਆਪਾਂ ਬਿਹਰ ਦੀ ਕੀ ਦਾ ਆਸਾ ਵਧੀਆ ਸੀਟਾਂ ਮਤਲਬ ਗਿਣਤੀ ਵਨਤਾਂ ਕਿਤਾ ਆਮ ਆਦਮੀ ਪਾਰਟੀ ਹੈ ਪਰ ਜੇ ਆਪਾਂ ਕੇਡਰ ਪੱਖੋਂ ਦੇਖੀਏ ਜਾਂ ਉਹ ਦੇਖੋ ਅਕਾਲੀ ਦਲ ਨੇ ਲੰਬਾ ਸਮਾਂ ਹਾਂ ਮਤਲਬ ਸਿਆਸਤ ਕਰਦੀ ਆ ਰਹੀ ਆ ਪਾਰਟੀ ਤੇ ਉਹਦਾ ਇੱਕ ਆਧਾਰ ਹੈਗਾ ਤਾਂ ਉਹਨੂੰ ਕਾਂਗਰਸ ਨੂੰ ਵੀ ਲੱਗ ਰਿਹਾ ਹੈ ਵੀ ਆਮ ਆਦਮੀ ਪਾਰਟੀ ਨਾਲੋਂ ਜਣਕੇ ਅਕਾਲੀ ਦਲ ਦਾ ਜਿਹੜਾ ਛੇਤੀ ਉੱਪਰ ਸਾਧ ਹਾਂ ਇਸ ਲਈ ਉਹਨੂੰ ਮੌਕਾ ਨਾ ਮਿਲੇ ਕਿਤੇ ਬੀ ਹਾਂ ਜੋ ਉਹਨਾਂ ਬਾਤ ਤੇ ਸੰਗਠਨ ਤਿਆਰ ਹੈ ਉਹਦਾ ਉਹਨਾਂ ਦਾ ਥੱਲੇ ਜੜਾਂ ਤਿਆਰ ਨੇ ਹਾਂ ਬਿਲਕੁਲ ਪੈਦਾ ਹੋ ਗਈ ਕਿਉਂਕਿ ਸਰਕਾਰ ਰਹਿਣ ਕਰਕੇ ਅਫਸਰ ਸਾਹਿਬ ਵੀ ਭਾਰੂ ਆਫਸਰ ਸਾਹਿਬ ਤਾਂ ਜਦੋਂ ਐ ਤਿਲਕ ਜੀ ਬਹੁਤ ਇੱਕ ਸਕਿੰਟ ਲੱਗਦਾ ਬਿਲਕੁਲ ਬਿਲਕੁਲ ਹੁਣ ਉਹ ਤਾਂ ਹੁਣ ਵੀ ਸਲੂਟ ਵੱਜ ਰਹੇ ਨੇ ਹਲੇ ਵੀ ਬਿਲਕੁਲ ਕੰਮ ਹਲੇ ਵੀ ਹੋ ਰਹੇ ਨੇ ਅਕਾਲੀ ਦਲ ਦੇ ਕੰਮ ਨਹੀਂ ਰੁਕੇ ਉਹ ਵੱਡੀ ਚੁਣੌਤੀ ਬਣ ਸਕਦਾ ਹੈ ਜੋ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹੋਰ ਖੜਾਉਣਾ ਵੀ ਚਾਹੁੰਦੇ ਨੇ ਹੋ ਸਕਦਾ ਹੈ ਕਾਂਗਰਸ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਵਿੱਚ ਜਿਹੜੀਆਂ ਆ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਦੋਸ਼ ਵੀ ਲਾਉਂਦੇ ਹੋਏ ਵੀ ਸਾਡੇ ਵਾਲੇ ਮੁੱਦੇ ਪਰ ਅਕਾਲੀ ਯਾਰਾ ਕਾਂਗਰਸ ਆ ਜਿਹੜੇ ਮਿਲ ਕੇ ਗੇਮ ਖੇਡ ਰਹੇ ਤਾਂ ਕਿ ਤੁਸੀਂ ਤੁਸੀਂ ਨੂੰ ਖਤਮ ਕੀਤਾ ਜਾਵੇ ਤੁਸੀਂ ਜਿਹੜਾ ਵਿਸ਼ਾ ਹੁਣੇ ਛੇੜਿਆ ਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ ਹੋਰ ਖੰਡਾਣਾ ਚਾਹੁੰਦੀ ਆ ਇਹਦੇ ਵਿੱਚੋਂ ਪਹਿਲਾਂ ਤਾਂ ਖਿੰਡਲੇ ਖੈਰਾਉਰੀ ਚਲੇ ਗਏ ਅੱਡ ਮੱਖਰੀ ਟੀਮ ਬਣ ਗਈ ਜਿਹੜੇ ਇਹਨਾਂ ਨਾਲ ਸੀ ਉਹਨਾਂ ਚੋਂ ਵੀ ਕੁਝ ਕਾਂਗਰਸ ਚਲੇ ਗਏ ਤੇ ਖਬਰ ਤਾਂ ਮੈਨੂੰ ਇਹ ਵੀ ਮਿਲ ਰਹੀ ਹੈ ਕਿ ਅਮਨ अरोड़ा ਵੀ ਬਾਗੀ ਹੋਣ ਵਾਲੇ ਨੇ ਦੇਖੋ ਅਮਨ अरोड़ा ਕੀ ਖਬਰ ਹੈ ਇਹ ਦੀਪਕ ਜੀ ਬਿਲਕੁਲ ਸਹੀ ਆ ਵੀ ਪਿਛਲੇ 2-3 ਦਿਨਾਂ ਤੋਂ ਖਾਸ ਕਰਕੇ ਮੰਗਲਵਾਰ ਨੂੰ ਜਿਹੜੀ ਆਮ ਆਦਮੀ ਪਾਰਟੀ ਨੇ ਇੱਕ ਮੀਟਿੰਗ ਬੁਲਾਈ ਸੀ ਉਹਦੇ ਵਿੱਚ ਅਮਨ ਅਰੂੜਾ ਗਏ ਨਹੀਂ ਹੈਗੇ ਅਮਨ ਅਰੂੜਾ ਦਾ ਜਿਹੜਾ ਦੋਸ਼ ਆ ਐਲੀਗੇਸ਼ਨ ਆ ਉਹ ਇਹ ਆ ਵੀ ਮੈਨੂੰ ਉਸ ਮੀਟਿੰਗ ਵਿੱਚ ਬੁਲਾਇਆ ਨਹੀਂ ਗਿਆ ਜੀ ਕਿਉਂਕਿ ਜਦੋਂ ਮੈਂ ਵੀ ਖਬਰ ਦਾ ਪੱਖ ਲੈਣ ਵਾਸਤੇ ਗੱਲ ਕੀਤੀ ਤਾਂ ਉਹਨਾਂ ਨੇ ਇਹੀ ਗੱਲ ਕਹੇ ਵੀ ਮੈਨੂੰ ਮੀਟਿੰਗ ਬਾਰੇ ਪਤਾ ਨਹੀਂ ਮੈਨੂੰ ਤਾਂ ਬੁਲਾਇਆ ਨਹੀਂ ਗਿਆ ਦੂਜੇ ਪਾਸੇ ਜਿਹੜੇ ਲੀਡਰ ਆਪੋਜੀਸ਼ਨ ਆ ਜਾਂ ਉਹਨਾਂ ਦਾ ਪੱਖ ਆ ਇਹ ਆ ਵੀ ਕਿਤਨਾ ਕਿਤੇ ਕਮਿਊਨੀਕੇਸ਼ਨ ਗੈਪ ਰਹਿ ਗਿਆ ਵੀ ਅਸੀਂ ਉਹਨਾਂ ਨੂੰ ਦੱਸ ਨਹੀਂ ਸਕੇ ਹੈਗੇ ਨਹੀਂ ਪਰ ਅੰਦਰਲੀ ਗੱਲ ਇਹ ਆ ਕਿ ਪਾਰਟੀ ਵੱਲੋਂ ਇਕ ਤਾਂ ਬਿਜਲੀ ਅੰਦੋਲਨ ਆ ਜਿਹੜਾ ਸ਼ੁਰੂ ਬਿਲਕੁਲ ਮੈਂ ਐਸੀ ਗੱਲ ਤੇ ਹੁਣ ਚਾਹਨਾ ਕਿ ਬਿਜਲੀ ਅੰਦੋਲਨ ਦੀ ਅਗਵਾਈ ਕਿਤੇ ਅਮਨ ਅਰੋੜਾ ਕਰ ਰਹੀ ਸੀ ਉਸ ਅਗਵਾਈ ਵੀ ਉਹਨਾਂ ਤੋਂ ਖੋਲ ਹੀ ਕਹਿੰਦੇ ਉਦੋਂ ਬਾਅਦ ਮੀਟਿੰਗਾਂ ਚ ਉਹ ਇਹਨਾਂ ਨੂੰ ਦੂਰ ਰੱਖਿਆ ਜਾ ਰਿਹਾ ਇਸ ਲਈ ਅਮਨ ਅਰੋੜਾ ਦਾ ਇਹ ਵੀ ਰੋਸ਼ ਹੈ ਨਹੀਂ ਬਿਲਕੁਲ ਦੇਖੋ ਜਦੋਂ ਇਹਨਾਂ ਨੇ ਬਿਜਲੀ ਅੰਦੋਲਨ ਸ਼ੁਰੂ ਕੀਤਾ ਤਾਂ ਉਹਦਾ ਜਿਹੜਾ ਕੋਆਰਡੀਨੇਟਰ ਬਣਾਇਆ ਸੀਗਾ ਉਹ ਅਮਨ ਅਰੋੜਾ ਨੂੰ ਬਣਾਇਆ ਗਿਆ ਸੀਗਾ ਤੇ ਅਮਨ ਅਰੋੜਾ ਇੱਕ ਨੌਜਵਾਨ ਤੇਜ਼ ਤਰਾਰ ਆਕੂ ਵੀ ਨੇ ਤੇ ਹਿੰਦੀ ਪੰਜਾਬੀ ਅੰਗਰੇਜ਼ੀ ਬਿਲਕੁਲ ਬਿਲਕੁਲ ਹਾਂ ਉਹ ਪ੍ਰਾਣਿਕ ਆਗੂ ਲੀਡਰਾਂ ਚੋਂ ਨਾ ਪਰਿਵਾਰ ਪਰਿਵਾਰ ਖਾਨ ਪਰਿਵਾਰ ਵੀ ਰਾਜਨੀਤੀ ਨਾਲ ਸੰਬੰਧ ਦਾ ਫਾਦਰ ਸਾਹਿਬ ਵੀ ਬਿਲਕੁਲ ਮਤਲਬ ਰਾਜਨੀਤੀ ਚ ਹੀ ਰਹੇ ਬਿਤਾਏ ਕਰੇ ਤੇ ਇਸ ਕਰਕੇ ਆਪ ਉਹ ਜੂਥ ਕਾਂਗਰਸ ਚ ਰਹਿਆ ਕਿ ਉਹਨਾਂ ਨੂੰ ਕਾਫੀ ਮਤਲਬ ਕੰਮ ਕਰਨ ਦਾ ਤਰੀਕਾ ਪਤਾ ਹੈ ਪਤਾ ਹੈ ਵੀ ਕਿਵੇਂ ਕੰਮ ਹੁੰਦੇ ਆ ਜਦ ਕਿ ਆਮ ਆਦੀ ਪਾਰਟੀ ਵਾਲੇ ਸਾਰੇ ਬਾਕੀ ਹਲੇ ਨਾਮੇ ਨੇ ਹਾਂ ਤੇ ਉਹ ਪੂਰਾ ਸਿਆਸਤਿਆਂ ਨੂੰ ਪਤਾ ਵੀ ਕਿਵੇਂ ਕੰਮ ਕੀਤੇ ਜਾਂ ਕਿਵੇਂ ਕਰਵਾਏ ਜਾਂਦੇ ਆ ਇਸ ਕਰਕੇ ਉਹ ਉਹ ਵੀ ਅੱਪ ਹੋ ਰਿਹਾ ਸੀਗਾ ਕੋਈ ਦੂਰ ਆਇਆ ਨਹੀਂ ਵੀ ਜਿੱਥੇ ਲੀਡਰ ਆਪੋਜੀਸ਼ਨ ਦੀ ਗੱਲ ਹੁੰਦੀ ਤਾਂ ਅਮਨ ਅਰੋੜਾ ਵੀ ਤੇਜ਼ਦਾਰ ਹੋਣ ਕਰਕੇ ਜਿਹੇ ਬਿਆਨ ਦਿੰਦਾ ਤਾਂ ਜਿਵੇਂ ਸੁਖਪਾਲ ਖੈਰਿਆ ਨੂੰ ਪਤਾ ਹੈ ਕਿ ਕਦੋਂ ਕਿੱਥੇ ਸੱਟ ਮਾਰਨੀ ਹੈ ਕਿੱਥੇ ਸੱਟ ਮਾਰਨੀ ਕਦੋਂ ਤੁਸੀਂ ਇੰਡੀਆ ਚਾਉਣਾ ਕੀ ਹੋਣਾ ਅਮਨ ਅਰੋੜਾ ਨੂੰ ਵੀ ਪਤਾ ਇਸ ਕਰਕੇ ਜਿਹੜੇ ਲੀਡਰ ਆਪੋਜੀਸ਼ਨ ਆ ਜਾਂ ਪਾਰਟੀ ਦੇ ਦੂਜੇ ਨੂੰ ਲੱਗਿਆ ਵੀ ਕਿਤੇ ਉਹ ਅੱਗੇ ਵੱਧ ਰਿਹਾ ਤਾਂ ਉਹਨਾਂ ਨੇ ਜਿਹੜੀ ਇਹਦੀ ਕਮਾਂਡ ਆ ਤਾਂ ਆਪਣਾ ਜਿਹੜਾ ਬਰਨਾਲੇ ਦੇ ਨੌਜਵਾਨ ਵਧਾਇਕ ਆਮੀਤ ਹੇਰ ਨੂੰ ਇਸ ਗੱਲ ਨੂੰ ਲੈ ਕੇ ਅਮਨ ਅਰੋੜਾ ਗੁੱਸੇ ਖਫਾ ਹੋ ਗਏ ਗੁੱਸੇ ਹੋ ਗਏ ਇਹ ਉਹ ਬੋਲ ਵੀ ਰਹੇ ਆ ਉਹਨਾਂ ਦਾ ਦੋਸ਼ ਇਹ ਆ ਵੀ ਜੇ ਅਸੀਂ ਹੁਣ ਤਾਂ ਅਸੀਂ 10-12 ਜਣੇ ਰਹਿ ਗਏ ਹਾਂ ਜੇ ਇਹ ਵੀ ਨਹੀਂ ਇਕੱਠੇ ਰਹਿ ਸਕਦੇ 12 ਵੀ ਕਸੀਂ ਪਾਰਟੀ ਲਈ ਕੰਮ ਕਰਦੇ ਆ 10-12 ਵੀ ਨਹੀਂ ਇਕੱਠੇ ਰਹਿ ਸਕਦੇ ਉਹਨਾਂ ਨੂੰ ਵੀ ਸਨੇਹ ਨਹੀਂ ਲੱਗ ਸਕਦੇ ਤਾਂ ਇਹਦਾ ਮਤਲਬ ਤੁਸੀਂ ਸਮਝੋ ਸਮਥਿੰਗ ਇਜ਼ ਰੋਂਗ ਇਹ ਸ਼ਬਦ ਉਸ ਮਤਲਬ ਅਮਨ ਰੋੜਾ ਦੇ ਤੁਸੀਂ ਜਿੰਨੀ ਦੇਰ ਦਾ ਹੁਣ ਪੱਤਰਕਾਰ ਦਾ ਤਜਰਬਾ ਤੁਹਾਡਾ ਤਜਰਬਾ ਕਹਿੰਦਾ ਕਿ ਅਮਨ ਰੋੜਾ ਦੀ ਘਰ ਵਾਪਸੀ ਮਤਲਬ ਕਾਂਗਰਸ ਦੀ ਕਾਂਗਰਸ 'ਚ ਵੀ ਆ ਸਕਦਾ ਅਮਨ ਰੋੜਾ ਦੇਖੋ ਦੀਪਕ ਜੀ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਰਾਜਨੀਤੀ ਦੇ ਵਿੱਚ ਕੁਝ ਵੀ ਕੁਝ ਵੀ ਸੰਭਵ ਹੈ ਠੀਕ ਆ ਜੇ ਤੁਹਾਨੂੰ ਉਸ ਕਦ ਮਿਲਦਾ ਹੋਵੇ ਜਾਂ ਕੋਈ ਗੱਲ ਹੋਵੇ ਅਗਲੀਆਂ ਚੋਣਾਂ ਦੇ ਵਿੱਚ ਕਿਸੇ ਪਾਸੇ ਦੀ ਹਵਾ ਚੱਲਣੀ ਹੈ ਜਾਂ ਨਹੀਂ ਇਹ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਜਾਂ ਇਹਨਾਂ ਨੂੰ ਵੀ ਪਤਾ ਵੀ ਕੀ ਹੋ ਸਕਦਾ ਤਾਂ ਕੁਝ ਵੀ ਹੋ ਸਕਦਾ ਕਿ ਇਹਨੇ ਕਿੱਥੇ ਜਾਣਾ ਕੁਝ ਪਤਾ ਤੁਸੀਂ 나జర్ ਸਿੰਘ ਮਾਨਸ਼ਾ ਇਹ ਵਾਰੀ ਸੋਚੇ ਸੀ ਸੋਚੇ ਨਹੀਂ ਸੀ ਸੋਚ ਨਹੀਂ ਸਕਦੇ ਸੀ ਸੁਖਪਾਲ ਸਿੰਘ ਖੈਰਾ ਕਹਿੰਦਾ ਵੀ ਮੈਨੂੰ ੱੱਕਾ ਹੀ ਇਹ ਗੱਲ ਲੱਗਿਆ ਮੈਨੂੰ ਖੜਾ ਆ ਹੀ ਉਹਦੇ ਕਰਕੇ ਦਾ ਬਿਲਕੁਲ ਬਿਲਕੁਲ ਜੇ ਬਟਿੰਡਾ ਮੈਂ ਇਲੈਕਸ਼ਨ ਲੜੀ ਮੈਂ ਖੜਾ ਆ ਹੀ ਉਹਦੇ ਕਰਕੇ ਸੀਗਾ ਵੀ ਪਰ ਉਹ ਇੱਕ ਜਿਹੜਾ ਸਾਊ ਸੁਹਾ ਦਾ ਬੰਦਾ ਐਨ ਮੌਕੇ ਪਰ ਉੱਧਰ ਇਲੈਕਸ਼ਨ ਹੋਣ ਦੇ ਸਮੇਂ ਉਹ ਕਰ ਗਏ ਤੇ ਇਸ ਕਰਕੇ ਕੁਝ ਵੀ ਸੰਭਵ ਹੈ ਰਾਜਨੀਤੀ ਵਿੱਚ ਬਿਲਕੁਲ ਜੈ ਸਿੰਘ ਛੱਬਰ ਦਾ ਮੰਨਣਾ ਕਿ ਰਾਜਨੀਤੀ ਕੁਝ ਵੀ ਸੰਭਵ ਹੈ ਜੇਕਰ ਖੈਰਾ ਆਪਣੀ ਮਾਂ ਪਾਰਟੀ ਨੂੰ ਕਹਿ ਕੇ ਆਇਆ ਸੀਗਾ ਜਿਹਦੇ ਵਿੱਚ ਹਮੇਸ਼ਾ ਕਾਂਗਰਸ ਚ ਰਿਹਾ ਤੇ ਉਸ ਨੂੰ ਆਪ ਚਾ ਸਕਦਾ ਤੇ ਆਪ ਚ ਵੀ ਛੇਤੀ ਬਾਗੀ ਹੋ ਸਕਦਾ ਫਿਰ ਅਮਨ ਰੋੜਾ ਵਾਪਸ ਕਿਉਂ ਨਹੀਂ ਜਾ ਸਕਦਾ ਕੁਝ ਵੀ ਸੰਭਵ ਹੈ ਸਿਆਸਤ ਦੇ ਵਿੱਚ ਪਰ ਇੱਕ ਗੱਲ ਮੰਨਣੀ ਪੈਂਦੀ ਹੈ ਕਿ ਕੋਈ ਸਮਾਂ ਸੀਗਾ ਕਿ ਜ਼ਮੀਰ ਦੇ ਨਾਲ ਰਾਜਨੀਤੀ ਹੁੰਦੀ ਸੀ ਰਾਜਨੀਤੀ ਨੂੰ ਸੇਵਾ ਸਮਝ ਕੇ ਕੀਤਾ ਜਾਂਦਾ ਸੀ ਤੇ ਅੱਜ ਜੇਕਰ ਰਾਜਨੀਤੀ ਚਾਉਣਾ ਤਾਂ ਜ਼ਮੀਰ ਘਰੇ ਕਿੱਲੀ ਤੇ ਟੰਕ ਕੇ ਆਉਣੀ ਪੈਂਦੀ ਹੈ ਕਿਉਂਕਿ ਜ਼ਮੀਰਾਂ ਵਾਲੇ ਲੋਕ ਫਿਰ ਅਹੁਦਿਆਂ ਦੀ ਲੜਾਈ ਨਹੀਂ ਲੜ ਸਕਦੇ ਹੁੰਦੇ ਜ਼ਮੀਰਾਂ ਵਾਲੇ ਲੋਕ ਲੋਕਾਂ ਦੀ ਲੜਾਈ ਲੜਦੇ ਨੇ ਜਿਨ੍ਹਾਂ ਕੋਲ ਜ਼ਮੀਰ ਨਹੀਂ ਉਹ ਸਿਰਫ ਅਹੁਦਿਆਂ ਦੀ ਲੜਾਈ ਲੜਦੇ ਨੇ ਤੇ ਅਹੁਦਿਆਂ ਦੀ ਲੜਾਈ ਕਰਨਾਟਕਾ ਵਿੱਚ ਵੀ ਜਾਰੀ ਹੈ ਗੋਆ ਵਿੱਚ ਵੀ ਜਾਰੀ ਹੈ ਤੇ ਇੱਥੇ ਵੀ ਵਿਰੋਧੀ ਧਿਰ ਦੇ ਅ ਖੋਣ ਦੀਆਂ ਵੀ ਤਿਆਰੀਆਂ ਨੇ ਚੱਲਦਾ ਰਹਿੰਦਾ ਤੇ ਸਿਆਸਤ ਵਿੱਚ ਜੋ-ਜੋ ਹੁੰਦਾ ਰਹਿੰਦਾ ਸਮਾਜ ਵਿੱਚ ਜੋ-ਜੋ ਹੁੰਦਾ ਰਹਿੰਦਾ ਜੋ ਚਰਚਾ ਚਾਹੁੰਦਾ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਉਨੇ ਆ ਫਿਰ ਕਿਸੇ ਨਵੇਂ ਬਿਛੇ ਨਾਲ ਹਾਜ਼ਰ ਹੋਵਾਂਗੇ ਨਵੇਂ ਮਹਿਮਾਨ ਨਾਲ ਕਰਾਂਗੇ ਗੱਲਬਾਤ ਤੁਸੀਂ ਵੇਖਦੇ ਰਹੋ ਵੀਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ